ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਫਤਿਹ ਟੀਵੀ ਪ੍ਰੋਗਰਾਮ ਸਿੱਖੀ ਉਤੇ ਜਮੈਂ ਅਵਨੀਤ ਕੋ ਤੁਹਾਡਾ ਬਹੁਤ ਬਹੁਤ ਨਿੱਗਾ ਜੀ ਆਇਆਂ ਨੂੰ ਆਖਦੀ ਆ ਸਿੱਖ ਰਿਓ ਤੁਹਾਡਾ ਇਹ ਜੋ ਪ੍ਰੋਗਰਾਮ ਜੋ ਹਰ ਹਫਤੇ ਤੁਹਾਨੂੰ ਰੂਬੂ ਰੂ ਕਰਾਂਦਾ ਹੈ ਇਹੋ ਜੀ ਸਿੱਖ ਸ਼ਖਸੀਅਤ ਨਾਲ ਜੋ ਸਮਾਜ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੀ ਹੈ ਆਪਣੇ ਕੌਮ ਦਾ ਮਾਣ ਵਧਾ ਰਹੀ ਹੈ ਇਸ ਹੀ ਫੈਰਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਆ ਸਰਦਾਰ ਮਨਦੀਪ ਸਿੰਘ ਛਟਵਾਲ ਜੀ ਨਾਲ ਜੋ ਪੇਸ਼ੇ ਤੋਂ ਅਗਰ ਗੱਲ ਕਰੀਏ ਕਿ ਐਜੂਕੇਸ਼ਨ ਦੀ ਗੱਲ ਕਰੀਏ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਲੇਕਿਨ ਮਾਂ ਬੋਲੀ ਪੰਜਾਬੀ ਦੀ ਸੇਵਾ ਔਰ ਪੰਜਾਬੀ ਸਿਨੇਮਾ ਦੀ ਸੇਵਾ ਕਰਨ ਵਾਸਤੇ ਦਿੱਲੀ 'ਚ ਇਹ ਕੀ ਕਰ ਰਹੇ ਨੇ ਆਓ ਇਹਨਾਂ ਨਾਲ ਗੱਲਬਾਤ ਕਰੀਏ ਇਹਨਾਂ ਦੇ ਜ਼ਿੰਦਗੀ ਦੇ ਵਰਕਿਆਂ ਨਾਲ ਫੋਲੀਏ ਕਿ ਇਸ ਤਰੀਕੇ ਨਾਲ ਪੰਜਾਬੀ ਸਿਨੇਮਾ ਚ ਇਹ ਮਾਰਕੀਟਿੰਗ ਪੈਨ ਇੰਡੀਆ ਚ ਕਰ ਰਹੇ ਨੇ ਆਓ ਤੁਹਾਡੀ ਮੁਲਾਕਾਤ ਕਰਾਉਣੇ ਆ ਸਰਦਾਰ ਮਨਦੀਪ ਸਿੰਘ ਛਟਵਾਲ ਜੀ ਨਾਲ ਵਾਈਡੋ ਜੀ ਦਾ ਖਾਸ ਵਾਈਡੋ ਜੀ ਫਤਿਹ ਜੀ ਵੀ ਜੀ ਗੱਲ ਕਰੀਏ ਤੁਹਾਡੀ ਸ਼ੁਰੂਆਤ ਕੀ ਤੇ ਸਕੂਲਿੰਗ ਕਿੱਥੋਂ ਹੋਈ ਪੜ੍ਹਾਈ ਕਿੱਥੋਂ ਕੀਤੀ ਔਰ ਇੰਜੀਨੀਅਰਿੰਗ ਤੋਂ ਜੋ ਹੈ ਪੰਜਾਬੀ ਸਿਨੇਮਾ ਵੱਲ ਟਰਨ ਲੇਤਾ ਉਹ ਕਿਵੇਂ ਕੋਈ ਕਿਸੇ ਨੇ ਪਰਿਵਾਰ ਚ ਰੋਕਿਆ ਨਹੀਂ ਕਿ ਇੰਜੀਨੀਅਰਿੰਗ ਕਰਦੇ ਕਰਦੇ ਕਿੱਥੇ ਗਏ ਬਿਲਕੁਲ ਸਹੀ ਤੁਸੀਂ ਕਿਹਾ ਹੈ ਦੇਖੋ ਜਿਵੇਂ ਸਾਰੇ ਮਾਪਿਆਂ ਦਾ ਇੱਕ ਚਾਅ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਵੱਡੇ ਹੋਣ ਸਕੂਲਿੰਗ ਤੋਂ ਬਾਅਦ ਉਹ ਡਾਕਟਰ ਜੀ ਲਾਈਨ ਜਾਂ ਇੰਜੀਨੀਅਰਿੰਗ ਕਰਨ ਜਾਂ ਹੋਰ ਕੋਈ ਅੱਛਾ-ਅੱਛਾ ਇਸ ਤਰੀਕੇ ਦੇ professions ਕਰਨ ਸੇਮ ਵੇ ਮੇਰੀ ਫੈਮਿਲੀ ਦੇ ਵਿੱਚ ਮੇਰੇ ਵੱਡੇ ਬ੍ਰਦਰ ਮੇਰੇ ਤਾਇਜੀ ਦੇ ਬੇਟੇ ਉਹ ਇੰਜੀਨੀਅਰ ਹੈ ਉਹ ਸੌਫਟਵੇਅਰ ਇੰਜੀਨੀਅਰ ਹੈ ਅੱਜ ਦੇ ਡੇਟ ਬੜੀ ਵੱਡੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੈਨੇਡਾ 'ਚ ਕੰਮ ਕਰ ਰਿਹਾ ਹੈ ਤੇ ਜਿਹੜਾ ਮੇਰਾ ਰੀਅਲ ਬ੍ਰਦਰ ਹੀ ਇਸ ਆਲਸੋ ਇੰਜੀਨੀਅਰ ਬਸ ਅੱਜ ਦੇ ਡੇਟ 'ਚ ਯੂਕੇ ਲੰਡਨ ਸੈਟ ਹੈ ਬਹੁਤ ਵਧੀਆ ਔਰ ਮੈਂ ਇੱਥੇ ਹੀ ਸ਼ੁਰੂ ਤੋਂ ਬੇਸ ਹਾਂ ਕਿਉਂਕਿ ਅਸੀਂ ਬੌਨ ਬੌਟ ਅਪ ਦਿੱਲੀ ਦੇ ਹੀ ਹਾਂ ਤੇ ਪੇਰੈਂਟਸ ਦਾ ਵੀ ਉਹੀ ਰਿਹਾ ਕਿ ਯਾਰ ਸਾਰੇ ਵੱਡੇ ਭਰਾ ਔਰ ਫੈਮਿਲੀ ਦੇ ਵਿੱਚ ਇੰਜੀਨੀਅਰ ਬਣ ਰਹੇ ਨੇ ਤੇ ਤੂੰ ਵੀ ਇੰਜੀਨੀਅਰ ਬਣ ਸੋ ਆਫਟਰ ਮਾਈ 12th ਮੈਂ ਇੱਕ ਦੋ ਸਾਲ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਆਪਣੇ ਕਾਲਜਸ ਵਿੱਚ ਟਾਈਮ ਸਪੈਂਡ ਕੀਤਾ ਉਸ ਵੇਲੇ ਮੇਰੇ ਫਾਦਰ ਕਹਿੰਦੇ ਤੂੰ ਇਹ ਸਭ ਟਾਈਮ ਹੁਣ ਬਰਬਾਦ ਨਾ ਕਰ ਗੋ ਫਾਰ ਯੂਅਰ ਸਮ ਪ੍ਰੈਕਟੀਕਲ profession ਤੇ ਤੂੰ ਇੰਜੀਨੀਅਰਿੰਗ ਆਪਟ ਕਰ ਔਰ ਉਹਦੇ ਉੱਤੇ ਕੁਝ ਨਾ ਕੁਝ ਉਹਦੇ ਉੱਤੇ ਤੂੰ ਕੁਝ ਨਾ ਕੁਝ ਵਰਕ ਆਊਟ ਕਰ ਸੋ ਮੇਰਾ ਇੰਜੀਨੀਅਰਿੰਗ ਦਾ ਫਿਰ ਉਸ ਟਾਈਮ ਮੇਰਾ ਐਂਟਰਸ ਕਲੀਅਰ ਹੋਇਆ ਔਰ ਆਈ ਗਾਟ ਐਡਮਿਸ਼ਨ ਇਨ ਬਾਬੰਦਾ ਸਿੰਘ ਭਾਦਰ ਇੰਜੀਨੀਅਰਿੰਗ ਕਾਲਜ ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਮੈਂ ਉੱਥੇ ਐਡਮਿਸ਼ਨ ਮਿਲ ਗਿਆ ਔਰ ਮੈਨੂੰ ਸਾਰਿਆਂ ਨੇ ਉੱਥੇ ਬਹੁਤ ਸਪੋਰਟ ਕੀਤਾ ਕਿਉਂਕਿ ਜਿਸ ਟਾਈਮ ਮੈਂ ਉੱਥੇ ਐਡਮਿਸ਼ਨ ਲੀਤਾ ਸੀ ਤੇ ਮਕੈਨੀਕਲ ਇੰਜੀਨੀਅਰ ਦੇ ਵਿੱਚ ਆਈ ਥਿੰਕ ਦਿੱਲੀ ਤੋਂ ਮੈਂ ਇਕੱਲਾ ਹੀ ਸੀ ਔਰ ਬਾਕੀ ਅਲੱਗ-ਅਲੱਗ ਸਟੇਟਸ ਹੋਏਗੇ ਸੀ ਪੰਜਾਬ ਤੋਂ ਐਕਸੀਮਮ ਸੀ ਤਾਂ ਦਿੱਲੀ ਤੋਂ ਮੈਂ ਇਕੱਲਾ ਹੀ ਸੀ ਸੋ ਉਹਨਾਂ ਨੇ ਉਸ ਟਾਈਮ ਮੈਨੂੰ ਬਹੁਤ ਸਪੋਰਟ ਕੀਤਾ ਮੇਰੇ ਵਾਸਤੇ ਇੱਕ ਨਵਾਂ ਬਿਲ ਬਟ ਬਾਏ ਦਾ ਟਾਈਮ ਜਦ ਮੈਂ ਉੱਥੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤੇ ਮੈਂ ਦੇਖ ਰਿਹਾ ਕਿ ਪੰਜਾਬੀ ਸਿਨੇਮਾ ਔਰ ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ ਪੰਜਾਬੀ 뮤직 ਦਾ ਤੇ ਵੈਸੇ ਹੀ ਲੋਕਾਂ ਨੂੰ ਬਹੁਤ ਚਾਮ ਰਹਿੰਦਾ ਸੋ ਪੰਜਾਬੀ ਫਿਲਮਸ ਜਿਹੜੀ ਸੀ ਉਹ ਨਵਾਂ ਇੱਕ ਸਟਾਰਟਅਪ ਜਿਵੇਂ ਯੂ ਕੈਨ ਸੇ ਕਿ ਸਟਾਰਟ ਹੋ ਗਿਆ ਸੀ ਉਸ ਦੌਰਾਨ 2010 ਔਰ 11 ਆਨਵਰਡਸ ਸੋ ਮੈਂ ਬਾਏ ਦਾ ਟਾਈਮ ਉਸ ਚੀਜ਼ ਨੂੰ ਥੋੜਾ ਸਟੱਡੀ ਕਰਨਾ ਸੀ ਆਪਣੀ ਇੰਜੀਨੀਅਰਿੰਗ ਦੇ ਨਾਲ ਨਾਲ ਕਿਉਂਕਿ ਯੰਗ એનર્ਜੀਟਿਕ ਤੇ ਮੈਨੂੰ ਇਸ ਚੀਜ਼ ਦਾ ਕ੍ਰੇਜ਼ ਰਹਿੰਦਾ ਸੀ ਕਿ ਚਲੋ ਕੋਈ ਨਵਾਂ profession ਹੈ ਤੇ ਲੈਟਸ ਗੋ ਫਾਰ ਥੈਟ ਸੋ ਮੈਂ ਉਹਦੇ ਉੱਤੇ ਕਾਫੀ ਵਰਕ ਆਊਟ ਕੀਤਾ ਤੇ ਬਾਈ ਦਾ ਟਾਈਮ ਮੈਨੂੰ پتہ ਲੱਗਾ ਇੱਕ ਫਿਲਮ ਆ ਰਹੀ ਹੈ ਜਿਹੜੀ ਯੰਗਸਟਰਸ ਉੱਤੇ ਬੇਸਡ ਸੀ कॉल्ड ਯਾਰਨ ਮੁੱਲੇ ਉਹ ਮੇਰੀ ਸਭ ਤੋਂ ਪਹਿਲੀ ਫਿਲਮ ਸੀ ਕਿ ਜਿਹੜੇ ਮੈਂ ਪ੍ਰੋਡਿਊਸਰਸ ਨੂੰ ਖੁਦ ਅਪਰੋਚ ਕਰਕੇ ਔਰ ਉਹਨਾਂ ਨੂੰ ਮੈਂ ਖੁਦ ਟਾਈਮ ਮੰਗਿਆ ਕਿ ਮੈਨੂੰ ਮਿਲੋ ਮੈਂ ਸਭ ਚੀਜ਼ਾਂ ਕਰਤਾ ਉਸ ਤੋਂ ਪਹਿਲੇ ਮੈਂ ਤੁਹਾਨੂੰ ਨਹੀਂ ਜੀ ਦੱਸਦਾ ਜਾਵਾਂਗਾ ਕਿ ਦਿੱਲੀ ਦੇ ਵਿੱਚ ਕਦੀ ਕੋਈ ਪੰਜਾਬੀ ਫਿਲਮ ਸੀ ਨਾ ਪ੍ਰੋਮੋਸ਼ਨ ਹੀ ਨਹੀਂ ਹੋਈ ਸੀ ਦੇ ਡੋਨਟ ਨੋ ਦ ਇਵਨ ਦ ਮੀਨਿੰਗ ਆਫ ਪ੍ਰੋਮੋਸ਼ਨਸ ਸੋ ਮੈਂ ਫਰਸਟ ਟਾਈਮ ਉਹਨਾਂ ਦੀ ਸਟਾਰ ਕਾਸਟ ਨੂੰ ਦਿੱਲੀ ਲੈ ਕੇ ਆਇਆ ਤੇ ਉਹਨਾਂ ਦੇ ਨਾਲ ਮੈਂ ਮਤਲਬ ਆਲਓਵਰ ਡੇਲੀ ਲੈਵਲ ਤੇ ਬੜੀ ਅੱਛੀ ਪ੍ਰੋਮੋਸ਼ਨ ਕੀਤੀ ਔਰ ਬਾਏ ਦਾ ਗੋਡ ਗ੍ਰੇਸ ਉਹ ਮੇਰੀ ਫਰਸਟ ਈ ਸੀ ਜਿਹਦੇ ਨਾਲ ਕਿ ਇਨੀ ਪਪੂਲਾਰਿਟੀ ਹੋਈ ਔਰ ਫਿਲਮ ਡਨ ਵੈਰੀ ਵੈਲ ਕਦੀ ਉਸ ਤੋਂ ਪਹਿਲੇ ਮਤਲਬ ਆਈ ਡੋਨਟ ਥਿੰਕ ਸੋ ਇਕਾ ਦੁਕਾ ਸ਼ੋ ਵੀ ਮਿਲਦਾ ਸੀ ਔਰ ਉਹ ਫਿਲਮ ਨੂੰ ਉਸ ਦੌਰਾਨ ਮੇਰੇ ਖਿਆਲ ਮੋਰ ਥੈਨ 15 ਸ਼ੋਜ਼ ਮਿਲੇ ਸੀ ਕਿਉਂਕਿ ਇੱਕ ਦੋ ਸਿਨੇਮਾ ਸੀ ਲਗਾਉਂਦੇ ਸੀ ਪੰਜਾਬੀ ਫਿਲਮ ਵੈਸਟ ਡੇਲੀ ਦੇ ਵਿੱਚ ਆਦਰਵਾਈਜ਼ ਹਰ ਕੋਈ ਲਗਾਉਂਦਾ ਨਹੀਂ ਸੋ ਉਹ ਫਿਲਮ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੇ ਮਤਲਬ ਪਿਆਰ ਦਿੱਤਾ ਔਰ ਬੜਾ ਇਸ ਤਰੀਕੇ ਨਾਲ ਮੇਰਾ ਇੱਕ ਸਟਾਰਟ ਤੇ ਪੰਜਾਬੀ ਫਿਲਮ ਪ੍ਰੋਡਿਊਸਰਸ ਨੇ ਮੈਨੂੰ ਆਪਣਾ ਇੱਕ ਅੱਛਾ ਫੇਜ਼ ਮੰਨਦੇ ਹੋਏ ਉਸ ਤੋਂ ਬਾਅਦ ਮੈਂ ਰੈਗੂਲਰ ਇਸ ਲਾਈਨ ਦੇ ਵਿੱਚ ਆਇਆ ਪਰਿਵਾਰ ਨੇ ਕਿੰਨਾ ਸਪੋਰਟ ਕੀਤਾ ਮਨਦੀਪ ਜੀ ਕਿਉਂਕਿ ਇੱਕ এডੂਕੇਸ਼ਨ ਦੀ ਲਾਈਨ ਔਰ ਹਾਇਰ ਕੁਆਲੀਫਾਈਡ ਲਾਈਨ ਤੋਂ ਤੁਸੀਂ ਮਾਰਕੀਟਿੰਗ ਪ੍ਰੋਮੋਸ਼ਨ ਵੱਲ ਆ ਗਏ ਪਰਿਵਾਰ ਚ ਸਾਰੇ ਸਹਿਮਤੀ ਰੱਖੀ ਸਭ ਨੇ ਨਹੀਂ ਜੀ ਮੇਰਾ ਸਭ ਤੋਂ ਪਹਿਲਾ ਤੇ ਮੈਂ ਕਾਵਾਂਗਾ ਨਾਟ ਐਟ 올 ਮੇਰੀ ਫੈਮਿਲੀ ਦੂਰ ਦੂਰ ਤੱਕ ਕੋਈ ਇਸ professions ਵਿੱਚ ਨਹੀਂ ਸੀ ਨਹੀਂ ਮੇਰੇ ਪੇਰੈਂਟਸ ਦਾ ਕੋਈ ਇਹ ਹੋ ਜਾਾ ਥਾਟਸ ਸੀ ਕਿ ਮੈਂ ਆਪਣੀ ਇੰਜੀਨੀਅਰਿੰਗ ਦੇ profession ਨੂੰ ਛੱਡਾਂ ਜਾਂ ਉਹਨਾਂ ਨੂੰ ਮੈਂ ਇਸ ਤਰ੍ਹਾਂ ਦਾ ਵਿੱਚ ਅਧੂਰਾ ਛੱਡ ਕੇ ਮੈਂ ਅੱਗੇ ਜਿਹੜਾ ਮੂਵ ਆਨ ਕਰਦਾ ਇਸ ਫਿਲਮ ਇੰਡਸਟਰੀ ਵਿੱਚ ਔਰ ਬੀਜ਼ਿਕ ਇੰਡਸਟਰੀ ਵਿੱਚ ਬਟ ਮੈਂ ਕਹਾਗਾ ਬਾਏ ਦਾ ਟਾਈਮ ਮੈਂ ਉਸ ਚੀਜ਼ ਨੂੰ ਇਨਾ ਗ੍ਰੈਜੂਲੀ ਸਟਰੋਂਗ ਕੀਤਾ ਔਰ ਇਨਾ ਮੈਂ ਉਹਦੇ ਨਾਲ ਪ੍ਰੀਪੇਅਰ ਰਿਆ ਕਿ ਮੈਂ ਬਾਏ ਦਾ ਟਾਈਮ ਇੱਕ ਤੋਂ ਬਾਅਦ ਇੱਕ ਚੀਜ਼ਾਂ ਕਰਦਾ ਗਿਆ ਕਰਦਾ ਗਿਆ ਕਿ ਲੇਟਰ ਔਨ 2014 ਅਨਵਰਡਸ ਮੈਂ ਪ੍ਰੋਡਕਸ਼ਨ ਦੇ ਵਿੱਚ ਆਇਆ ਤੇ ਫਿਰ ਸਾਡੀ ਜਿਹੜੀ ਫਿਲਮਸ ਹੈ ਮੈਂ ਖੁਦ ਐਜ਼ ਅ ਪ੍ਰੋਡਿਊਸਰ ਉਹਦੇ ਵਿੱਚ ਆਇਆ ਸੋ ਉਹਦੇ ਬਾਅਦ ਫਿਰ ਮੇਰੇ ਫੈਮਿਲੀ ਦਾ ਵੀ ਸਪੋਰਟ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਲੇਕਿਨ ਤੁਸੀਂ ਇੰਜੀਨੀਅਰਿੰਗ ਪੂਰੀ ਕੀਤੀ ਆਪਣੀ ਮੈਂ ਇੰਜੀਨੀਅਰਿੰਗ ਪੂਰੀ ਕੀਤੀ ਜੀ ਉਸ ਤੋਂ ਬਾਅਦ ਮੈਂ ਇਨਫੈਕਟ ਟੋヨタ ਕੰਪਨੀ ਵਿੱਚ ਕੰਮ ਕੀਤੀ ਹੈ ਮੈਂ ਮਰੂਤੀ ਸੁਜ਼ੂਕੀ ਵਿੱਚ ਕੰਮ ਕੀਤਾ ਹੈ ਡੈਲੀ ਵਿੱਚ ਇੱਕ ਬਹੁਤ ਵੱਡੀ ਸਵਿਜ਼ ਆਟੋਮੋਬਾਈਲ ਕਰਕੇ ਕੰਪਨੀ ਹੈ ਜਿਹੜੇ ਕਿ ਆਟੋ ਪ੍ਰੋਡਕਟਸ ਬਣਾਉਂਦੇ ਨੇ ਮੈਂ ਉਹਨਾਂ ਨਾਲ ਵੀ ਇਨਫੈਕਟ 1.5 ਸਾਲ ਕੰਮ ਕੀਤਾ ਹੈ ਤੇ ਇਸ ਤਰੀਕੇ ਦਾ ਮੇਰਾ ਮਤਲਬ ਉਹ ਜਰਨੀ ਮੈਂ ਇਨ ਬਿਟਵੀਨ ਨਹੀਂ ਛੱਡ ਗਿਆ ਲੇਕਿਨ ਮੇਰਾ ਪੈਸ਼ਨ ਉੱਥੇ ਹੀ ਸੀ ਬਟ ਮੈਂ ਬਾਏ ਦਾ ਟਾਈਮ ਇਸ ਚੀਜ਼ ਨੂੰ ਗਰੋਅ ਹੋਣ ਦੇ ਦੇਖਿਆ ਤੇ ਫਿਰ ਮੇਰਾ ਪੰਜਾਬੀਅਤ ਵਾਲ ਜੋ ਖਿਚਾਅ ਹੈ ਉਹ ਮੈਨੂੰ ਉਧਰ ਹੀ ਖਿੱਚਦਾ ਲੈ ਗਿਆ ਬਿਲਕੁਲ ਅਕਸਰ ਕਿਹਾ ਜਾਂਦਾ ਹੈ ਕਿ ਪੈਸ਼ਨ ਔਰ profession ਚ ਫਰਕ ਰਹਿੰਦਾ ਹੈ ਉਹ ਤੁਹਾਡੇ ਦੇਖਿਆ ਗਿਆ ਕਿ ਤੁਹਾਡਾ ਇੱਕ ਪੈਸ਼ਨ ਸੀ ਕਿ ਤੁਸੀਂ ਇਹ ਜਿਹੜੀ ਪੰਜਾਬੀ ਸਿਨੇਮਾ ਦੀ ਲਾਈਨ ਹੈ ਇਹਨੂੰ ਦਿੱਲੀ ਚ ਮੇਨਲੀ ਪ੍ਰੋਮੋਸ਼ਨਸ ਲਿਆਓ ਕਿੰਨੇ ਕਾਮਯਾਬ ਅੱਜ ਤੁਸੀਂ ਬੋਲਿਆ 2010 ਚ ਤੁਸੀਂ ਯਾਰਨ ਮੁਲੇ ਦੀ ਟੀਮ ਨੂੰ ਪੂਰਾ ਦਿੱਲੀ ਲੈ ਕੇ ਆਏ ਉਹਨਾਂ ਨੂੰ ਪੂਰਾ ਸ਼ੋਅਕੇਸ ਕੀਤਾ ਉਸ ਤੋਂ ਬਾਅਦ ਸਕਰੀਨਿੰਗ ਵੀ ਹੋਈ ਲੇਕਿਨ ਤੁਸੀਂ 2014 ਚ ਪ੍ਰੋਡਕਸ਼ਨ ਲਾਈਨ ਚ ਹਾਰਡ ਕੋਰ ਪ੍ਰੋਡਕਸ਼ਨ ਲਾਈਨ ਚ ਤੁਸੀਂ ਉਹ ਕਿੱਥੋਂ ਸ਼ੁਰੂਆਤ ਹੋਈ ਉਹ ਦੇਖੋ ਜੀ ਮੇਰੇ ਜਿਹੜੇ ਐ ਪਾਰਟਨਰ ਸੀਗੇ ਦੇ ਬਿਲੋਂਗ ਟੂ ਜਲੰਧਰ ਓਨਲੀ ਓਰੀਫਿਲਮ ਪ੍ਰੋਡਕਸ਼ਨਸ ਸੋ ਮੈਂ ਨਾਲ ਗੱਲ ਕੀਤੀ ਤੇ ਮੇਰੇ ਇੱਥੇ ਦਿੱਲੀ ਦੇ ਵੀ ਮੇਰੇ ਇੱਕ ਦੋ ਫਰੈਂਡਸ ਰਾਜੀ ਹੋਏ ਕਹਿੰਦੇ ਕਿ ਵੀ ਅਸੀਂ ਵੀ ਫਿਲਮਸ ਦਾ ਕਰਨਾ ਹੈ ਸੋ ਬਾਏ ਦਾ ਟਾਈਮ ਸਾਡੀ ਇੱਕ ਦਿਲਜੀਤ ਦੇ ਨਾਲ ਉਸ ਵੇਲੇ ਫਿਲਮ ਸ਼ੂਟ ਹੋ ਰਹੀ ਸੀ ਮੁਖਤਿਆਰ ਚਟਾ ਜੀ ਦਾ ਨਾਮ ਸੀ ਉਹ ਹੋਈ ਉਸ ਤੋਂ ਬਾਅਦ ਜਿਮੀ ਸ਼ੇਰਗਿਲ ਨਾਲ ਸ਼ਰੀਕ ਅਸੀਂ ਕੀਤੀ ਉਸ ਤੋਂ ਬਾਅਦ ਬਹੁਤ ਸਾਰੀ ਫਿਲਮ ਸਾਨੂੰ ਆਫਰ ਹੁੰਦੀਆਂ ਗਿਆ ਤੇ ਫਿਰ ਅਸੀਂ ਪੰਜਾਬੀ ਫਿਲਮਸ ਆਲਮੋਸਟ ਵੀ ਕੈਨ ਸੇ ਅਸੀਂ ਟਿਲ ਡੇਟ ਤੱਕ 25 30 ਫਿਲਮ ਜਿਹੜੀ ਹੈ ਪ੍ਰੋਡਿਊਸ ਕਰ ਚੁੱਕੇ ਹਾਂ ਔਰ ਪੈਨ ਇੰਡੀਆ ਸੀ ਇਸ ਮੇਲੇ ਤੱਕ ਮੋਰ ਥੈਨ 60 ਫਿਲਮਸ ਡਿਸਟ੍ਰੀਬਿਊਟ ਕਰ ਚੁੱਕੇ ਆ ਪੈਨ ਇੰਡੀਆ ਲੈਵਲ ਤੇ ਸੋ ਉਹ ਸਿਲਸਿਲਾ ਬਸ ਉਸ ਤੋਂ ਬਾਅਦ ਕੰਟੀਨਿਊ ਚਲਦਾ ਰਿਹਾ ਚਲਦਾ ਰਿਹਾ ਤੇ ਟਿਲ ਡੇਟ ਅੱਜ ਤੁਹਾਡੇ ਸਾਹਮਣੇ ਬੈਠੇ ਆ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦ ਸਾਬਤ ਸੂਰਤ ਮੰਦੀਪ ਸਿੰਘ ਵਰਗੇ ਗੁਰਸਿੱਖ ਵੀਰ ਅੱਗੇ ਵਧ ਕੇ ਪੰਜਾਬੀ ਸਿਨੇਮਾ ਚ ਆਪਣਾ ਧੜਾ ਜਮਾਉਣ ਦੀ ਕੋਸ਼ਿਸ਼ ਕਰਦੇ ਔਰ ਕਾਮਯਾਬ ਵੀ ਰਹਿੰਦੇ ਆ ਪੰਜਾਬੀ ਸਿਨੇਮਾ ਜਿਵੇਂ ਤੁਸੀਂ ਗੱਲ ਕੀਤੀ 2010 ਤੋਂ ਬਾਅਦ ਗਰੋਥ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਉਹ ਇੱਕ ਵੱਖਰੇ ਤਰੀਕੇ ਨਾਲ ਗ੍ਰਾਫ ਜਿਹੜਾ ਹੈ ਹਾਇਰ ਲੈਵਲਸ ਨੂੰ ਵੇਖਣ ਨੂੰ ਮਿਲਦਾ ਕੀ ਕਹਿਣਾ ਚਾਹੋਗੇ ਦੇਖੋ ਮੈਮ uh, 2010 11 12 ਜਿਹੜੇ ਉਸ ਸਿਨੈਰੀਓ ਸੀ ਉੱਥੇ ਉਸ ਟਾਈਮ ਸੀ ਕਿ ਲਾਈਕ 3 অর 4 ਮੰਥਸ ਵਿੱਚ ਇੱਕ ਫਿਲਮ ਆਂਦੀ ਸੀ ਨਾਓ ਦਾ ਟਾਈਮ ਇਜ਼ दैट ਕਿ ਆਲਮੋਸਟ ਏਵਰੀ ਵੀਕ ਇੱਕ ਪੰਜਾਬੀ ਫਿਲਮ ਹੈ ਦੂਸਰੀ ਸਭ ਤੋਂ ਵੱਡੀ ਗੱਲ ਅੱਜ ਜਿਨੇ ਸਾਡੇ ਮੈਂ ਕਾਂਗਾ ਆਪਣੇ ਪੰਜਾਬੀ ਸਟਾਰ ਨੇ ਅੱਜ ਚਾਹੇ ਬਾਲੀਵੁੱਡ ਵਿੱਚ ਬੈਠ ਕੇ ਰਾਜ ਕਰ ਰਹੇ ਨੇ ਚਾਹੇ ਦਿਲਜੀਤ ਹੈ ਚਾਹੇ ਗਿੱਪੀ ਗਿਲ ਗਿੱਪੀ ਗਰੇਵਾਲਾ ਹੈ ਚਾਹੇ ਅਮਰਿੰਦਰ ਗਿੱਲ ਹੈ ਸੋ ਆਹ ਉਹ ਟਾਈਮ ਸੀ ਜਦ ਅਸੀਂ ਸਿਨੇਮਾ ਵਾਲਿਆਂ ਨੂੰ ਸਟਰਗਲ ਕਰਕੇ ਰਿਕੁਐਸਟ ਕਰਕੇ ਸ਼ੋਜ਼ ਲੈਂਦੇ ਸੀਗੇ ਇਹਨਾਂ ਦੇ ਐਜ਼ ਬੀਂਗ ਅ ਡਿਸਟ੍ਰਿਬਿਊਟਰ ਮੈਂ ਉਹ ਪੇਨ ਨੂੰ ਸਮਝਦਾ ਜੋ ਪ੍ਰੋਡਿਊਸਰ ਦਾ ਬਹੁਤ ਵੱਡਾ ਦਰਦ ਰਹਿੰਦਾ ਸੋ ਮੈਂ ਉਹ ਜਿਹੜਾ ਪ੍ਰੋਡਿਊਸਰਜ਼ ਆ ਔਰ ਜਿਹੜਾ ਸਿਨੇਮਾ ਦਾ ਗੈਪ ਸੀ ਉਹ ਮੈਂ ਕਾਫੀ ਹੱਦ ਤੱਕ ਇਹ ਘਟਾਇਆ ਹੈ ਔਰ ਆਤੀ ਡੇਟੇ ਸ਼ਾਇਦ ਹੀ ਕੋਈ ਇਸ ਤਰੀਕੇ ਦੇ ਲਾਈਕ تھیਟਰ ਜ਼ੋਨ ਚਾਹ ਪੀਵੀਆਰ ਵੱਡੇ ਤੋਂ ਵੱਡੀ ਚੇਨ ਲੈ ਲਈਏ ਵੇਵਸ ਗਰੁੱਪ ਹੋਣ ਜਾਂ ਕੋਈ ਵੀ ਹੋਣ ਉਹ ਪੰਜਾਬੀ ਨੂੰ ਨਹੀਂ ਤਵੱਜੋ ਦਿੰਦੇ ਸੀਗੇ ਉਹ ਕਹਿੰਦੇ ਸੀ ਯਾਰ ਇਹ ਕੀ ਆ ਤੁਹਾਡੀ ਫਿਲਮ ਦਾ ਸਾਨੂੰ ਨਹੀਂ ਸਮਝ ਆ ਜਾਂਦਾ ਰੈਵਨਿਊ ਨਹੀਂ ਆਂਦਾ ਜਾਂ ਤੁਹਾਡੇ ਇਸ ਤਰੀਕੇ ਦੇ ਪਬਲਿਕ ਨਹੀਂ ਆਂਦੀ ਤੇ ਅਸੀਂ ਉਹ ਚੀਜ਼ ਨੂੰ ਬਟ ਟੂਡੇ ਇਜ਼ ਦਾ ਟਾਈਮ ਕਿ ਅੱਜ ਉਹੀ ਲੋਕੀ ਇੱਕ ਦਿਨ ਦੇ ਵਿੱਚ 10-10 ਸ਼ੋਅ ਦੇ ਰਹੇ ਨੇ ਔਰ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਦਿੱਲੀ ਦਿੱਲੀ ਤੋਂ ਸਾਨੂੰ ਰਿਵੈਨਿਊ ਜਿਹੜਾ ਕਦੀ ਮਤਲਬ ਫਿਊ ਥਾਊਜ਼ੈਂਡਸ ਨਹੀਂ ਹੁੰਦਾ ਸੀ ਅੱਜ ਲੈਕਸ ਦੇ ਵਿੱਚ ਕਨਵਰਟ ਹੋ ਗਿਆ ਸੋ ਐ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਜਿਸ ਟਾਈਮ ਅਸੀਂ ਐਂਟਰ ਹੋਏ ਉਸ ਟਾਈਮ ਦਾ ਸਟਰਗਲ ਔਰ ਅੱਜ ਦਾ ਟਾਈਮ ਜੋ ਮੈਂ ਦੇਖਦਾ ਤੇ ਅੱਜ ਡੇ ਬਾਈ ਡੇ ਪ੍ਰੋਡਿਊਸਰਸ ਨੂੰ ਵੀ ਅੱਛਾ ਰਿਵੈਨਿਊ ਮਿਲਦਾ ਔਰ ਅੱچھے ਪ੍ਰੋਫਿਟ ਮਾਰਜਿਨਸ ਦੇ ਨਾਲ ਤਾਂ ਕਿ ਉਹ ਅੱਗੇ ਵਾਸਤੇ ਬੂਸਟ ਅਪ ਰਹਿੰਦੇ ਨੇ ਤਾਂ ਕਿ ਨੈਕਸਟ ਜਿਹੜੀ ਉਹਨਾਂ ਨੇ ਫਿਲਮ ਕਰਨੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਟਾ ਨਾ ਹੋਏ ਔਰ ਪ੍ਰੋਫਿਟੇਬਲ ਰਹਿਣਗੇ ਤੇ ਉਹ ਅੱਗੇ ਹੋਰ ਗਰੋ ਕਰਣਗੇ ਬਿਲਕੁਲ ਕਿਧਰੇ ਨਾ ਕਿਧਰੇ ਲੱਗਦਾ ਸੀ ਜਿੱਥੇ 80 ਦੇ ਦਸ਼ਕ ਦੀ ਗੱਲ ਗੱਲ ਕਰੀਏ ਕਰੀਏ ਤੇ ਉੱਥੇ ਇੱਕ ਅਲੱਗ ਜਿਹਾ ਜਨਰ ਹੁੰਦਾ ਸੀ ਇੱਕ ਜ਼ਮੀਨ ਦੇ ਵਾਸਤੇ ਜੱਟਾਂ ਦੀ ਲੜਾਈ ਉਹ ਸ ਇਹ 2000 ਦੀ ਗੱਲ ਕਰ ਰਹੀ ਹੈ ਤੇ ਹਰਭਜਨ ਮਾਨ ਨੇ ਇੱਕ ਵੇਵ ਲਿਆ ਐ ਐਨ ਆਰ ਆਈ ਟ੍ਰੈਂਡ ਨਾਲ ਇੱਕ ਮੂਵੀਜ਼ ਜਿਹੜੀਆਂ ਇਹ ਵੱਖਰੇ ਤਰੀਕੇ ਨਾਲ ਇੱਕ ਫਾਰਮੂਲਾ ਅਪਣਾਇਆ ਗਿਆ ਲੇਕਿਨ ਅੱਜ ਦੀ ਗੱਲ ਕਰੀਏ ਤੇ ਸੋਸ਼ਲ ਇਸ਼ੂਸ ਤੋਂ ਲੈ ਕੇ ਊਮਨ ਇਸ਼ੂਸ ਤੋਂ ਲੈ ਕੇ ਅਲੱਗ-ਅਲੱਗ ਖੇਤਰ ਵਿੱਚ ਮੂਵੀਜ਼ ਪੰਜਾਬੀ ਬਣ ਰਹੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਸਹੀ ਕਹਾ ਮੈਮ ਮੈਕਸਿਮਮ ਤੇ ਦੇਖੋ ਜੋ ਪਹਿਲੇ ਚੱਲਦਾ ਆ ਰਿਹਾ ਸੀ ਕਿ ਜੱਟਾਂ ਦੀ ਜ਼ਮੀਨ ਦੀ ਲੜਾਈ ਦਾ ਉਹ ਇਸ਼ੂਸ ਚੱਲਦੇ ਰਹੇ ਫਿਰ ਬਿਲਕੁਲ ਸਹੀ ਤੁਸੀਂ ਕਿਹਾ ਕਿ ਹਰਬਜਨ ਮਾਨ ਨੇ ਉਹ ਐਨ ਆਰ ਆਈਜ਼ ਦਾ ਟ੍ਰੈਂਡ ਦਿਖਾਇਆ ਦੇਸ਼ ਹੋਇਆ ਪਰਦੇਸ ਸਾਨੂੰ ਮਾਨ ਵਤਨਾ ਦਾ ਐਂਡ ਆਲ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਜਿਹੜਾ ਦਾ ਬਹੁਤ ਸਾਰਾ ਕਨੈਕਟ ਹੈ ਪੰਜਾਬ ਦੇ ਨਾਲ ਤੇ ਉਹ ਇਸ ਕਰਕੇ ਹੋ ਜਿਹੜਾ ਮੈਮ ਸੀਨ ਚੱਲ ਰਿਹਾ ਅੱਜ ਦੀ ਡੇਟ ਇਸ ਬੜਾ ਪ੍ਰੈਕਟੀਕਲ ਹੈਗੇ ਫਿਲਮ ਜਿਹੜੀਆਂ ਹੈਗੀਆਂ ਤੁਸੀਂ ਦੇਖ ਰਹੇ ਹੋ ਵੈਦਰ ਕਾਮੇਡੀ ਹੈ ਲੇਕਿਨ ਉਹਦੇ ਪਿੱਛੇ ਵੀ ਇੱਕ ਅਵਾਜਾ ਮੈਸੇਜ ਹੈ ਰਹਿਓ ਜੀ ਸਟੋਰੀ ਹੈ ਕਿ ਲੋਕਾਂ ਨੂੰ ਇੱਕ ਅਵੇਅਰਨੈਸ ਦੇ ਤੌਰ ਤੇ ਮਜਾ ਆਉਂਦਾ ਹੈ ਕਿ ਹਾਂ ਯਾਰ ਜਾਈਏ ਐਂਟਰਟੇਨਮੈਂਟ ਵੀ ਹੋਏਗਾ ਔਰ ਉਹਦੇ ਵਿੱਚ ਇਹ ਮੈਸੇਜ ਵੀ ਹੋਏਗਾ ਤੇ ਮੈਕਸਿਮਮ ਫਿਲਮ ਅੱਛਾ ਸਭ ਤੋਂ ਸਨ ਪ੍ਰਾਊਡ ਵਾਲੀ ਚੀਜ਼ ਇਹ ਹੈਗੇ ਕਿ ਮੈਮ ਦਾ ਓਨਲੀ ਮੈਂ ਕਹਾਂਗਾ ਰੀਜਨਲ ਫਿਲਮ ਇਨ ਦਾ ਹੋਲ ਵਰਡ ਜਿਹੜੀ ਕਿ ਫੈਮਿਲੀ ਫਿਲਮਸ ਨੇ ਸਭ ਤੋਂ ਵੱਡਾ ਇਹਦਾ ਬੈਨੀਫਿਟ ਹੈ ਹੈਗਾ ਸਾਡੇ ਪੰਜਾਬੀ ਸਿਨੇਮਾ ਦਾ ਕਿ ਇਹ ਫੈਮਿਲੀ ਫਿਲਮਸ ਨੇ ਤੁਹਾਡੇ ਨਾਲ ਬੱਚਾ ਹੈ ਜਾਂ ਤੁਹਾਡੇ ਨਾਲ 80 ਸਾਲ ਦੇ ਬਜ਼ੁਰਗ ਨੇ ਦੇ 올 ਇੰਜੋਏਡ ਅ ਲੋਟ ਕਿਉਂਕਿ ਕਾਮੇਡੀ ਫੈਮਿਲੀ ਡਰਾਮਾ ਹੈ ਤੇ ਸਾਰੇ ਉਹਨਾਂ ਨੇ ਇੰਜੋਏ ਕੀਤਾ ਦੂਸਰਾ ਸਭ ਤੋਂ ਵੱਡੀ ਹੈ ਗੱਲ ਹੈ ਕਿ ਮੈਮ ਅੱਜ ਸਾਡੇ ਜਿਹੜੇ ਪੰਜਾਬੀ ਨੇ ਸਾਡੇ ਜਿਹੜੇ ਯੂਥ ਨੌਜਵਾਨ ਹੈਗੇ ਨੇ ਅੱਜ ਵਰਲਡ ਵਾਈਡ ਬੈਠੇ ਨੇ ਤੇ ਯੂਐਸ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਮਤਲਬ ਸ਼ਾਇਦ ਹੀ ਕੋਈ ਇਹੋ ਜਿਹਾ ਵਿਦੇਸ਼ਾਂ ਦਾ ਮੁਲਕ ਹੋਏ ਜਿੱਥੇ ਪੰਜਾਬੀ ਫਿਲਮ ਨਾ ਲੱਗਦੀ ਹੋਏ ਔਰ ਉਥੋਂ ਜਿਹੜਾ ਬਿਜ਼ਨਸ ਹੈ ਸਮ ਟਾਈਮਸ ਅਸੀਂ ਸਰਪ੍ਰਾਈਜ਼ ਹੋ ਜਾਂਦੇ ਕਿ ਪੰਜਾਬ ਜਾਂ ਇੰਡੀਆ ਤੋਂ ਵੀ ਡਬਲ ਆਂਦਾ ਸਾਡੇ ਸੋ ਇਹ ਸਭ ਚੀਜ਼ਾਂ ਦਾ ਬਾਈ ਦਾ ਟਾਈਮ ਹੀ ਗ੍ਰੈਜੂਅਲੀ ਸਾਰੀ ਚੀਜ਼ਾਂ ਇੰਪਰੂਵ ਹੋਈਆਂ ਹੈ ਔਰ ਟੱਚਵੁੱਡ ਜਿੰਨਾ ਵੀ ਲੋਕਾਂ ਨੇ ਇਹਨੂੰ ਆਪਣਾ ਸਪੋਰਟ ਦਿੱਤਾ ਹੈ ਤੇ ਆਈ ਥਿੰਕ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਗਲੋਬ ਫਿਲਮਸ ਔਰ ਓਰੀ ਫਿਲਮ ਪ੍ਰੋਡਕਸ਼ਨਸ ਦੇ ਡਿਸਟ੍ਰਿਬਿਊਟਰ ਯਾ ਓਨਰ ਮਨਦੀਪ ਸਿੰਘ ਛਟਵਾਲ ਵੀ ਜੀ ਗੱਲ ਕਰੀਏ ਅੰਤਰਰਾਸ਼ਟਰੀ ਸਟਾਰ ਦੀ ਅਗਰ ਗੱਲ ਕਰੀਏ ਇੰਟਰਨੈਸ਼ਨਲ ਲੈਵਲ ਦੀ ਅੱਜ ਇੱਕ ਵੱਖਰਾ ਜਿਹਾ ਇੱਕ ਸਟੈਂਡਰਡ ਕ੍ਰੀਏਟ ਕਰਤਾ ਹੈ ਪੰਜਾਬੀ ਸਿਨੇਮਾ ਨੇ ਸਿਰਫ ਪੰਜਾਬੀ ਪੰਜਾਬੀ ਸਿਨੇਮਾ ਨੂੰ ਵੇਖਣ ਹੁਣ ਨਹੀਂ ਜਾਂਦੇ ਹਰ ਮਾਸਸਿਸ ਦਾ ਬੰਦਾ ਉੱਥੇ ਵੇਖਣ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬਿਲਕੁਲ ਸਹੀ ਤੁਸੀਂ ਕਿਹਾ ਮੈਂ ਇਸੇ ਤੇ ਬੜਾ ਮਨ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਵੀ ਪੰਜਾਬੀ ਫਿਲਮ ਆ ਰਹੀ ਹੈ ਉਹ ਐਸ ਬੀਂਗ ਮੈਂ ਪੰਜਾਬੀ ਤੇ ਮੈਂ ਉਹਨੂੰ ਹਰ ਫਿਲਮ ਨੂੰ ਆਪਣੀ ਫਿਲਮ ਸਮਝਣਾ ਤੇ ਚਾਏ ਉਹ ਨੈਸ਼ਨਲੀ ਪ੍ਰਮੋਟ ਕਰਨਾ ਹੋ ਜਾਂ ਇੰਟਰਨੈਸ਼ਨਲੀ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਗਰੁੱਪਸ ਨੇ ਜਾਂ ਸਾਡੇ ਨੈਟਵਰਕ ਦੇ ਵਿੱਚ ਕੰਸਰਨ ਬੰਦੇ ਨੇ ਜਿਹੜੀ ਵੀ ਫਿਲਮ ਦਾ ਟ੍ਰੇਲਰ ਆਇਆ ਜਾਂ ਸੌਂਗਸ ਆਨ ਸਾਡੀ ਰੈਗੂਲਰ ਹੈਗੀ ਹੈ ਟੀਮ ਜਿਹੜੀ ਰੈਗੂਲਰ ਸ਼ੇਅਰ ਕਰਦੀ ਰਹਿੰਦੀ ਹੈ ਸਾਡੀ ਕਦੀ ਐ ਨਹੀਂ ਰਹੀ ਕਿ ਸਾਡੀ ਫਿਲਮਾਂ ਤੇ ਅਸੀਂ ਤਾਂ ਹੀ ਕਰਾਂਗੇ ਦੂਸਰੇ ਦੀ ਤੇ ਅਸੀਂ ਕਿਉਂ ਕਰੀਏ ਤੇ ਜਿਵੇਂ ਤੁਸੀਂ ਗੱਲ ਕਿਹਾ ਇੰਟਰਨੈਸ਼ਨਲ ਮਾਰਕੀਟ ਰੀਲੀ ਮਤਲਬ ਤੁਸੀਂ ਦੇਖ ਰਹੇ ਆ ਦੀ ਰੇਟਸ ਹਾਈਟ ਸਟਰਚ ਕਰ ਰਹੀਆਂ ਨੇ ਇਨਫੈਕਟ ਮੈਂ ਤੁਹਾਨੂੰ ਲਾਸਟ ਦੋ ਤਿੰਨ ਫਿਲਮਸ ਆਗਰ ਆਪਸ਼ਨ ਦੱਸਾਂ ਤੇ ਉਹਨਾਂ ਦਾ ਰਿਵੈਨ Uh, 2 CR ਹੋਇਆ 2.5 CR ਹੋਇਆ ਤੇ ਕੈਨੇਡਾ ਯੂ ਐਸ ਦੇ ਵਿੱਚ ਉਹਨਾਂ ਦਾ ਰੈਵਨਿਊ ਜਿਹੜਾ ਹੈ 4 5 CR ਹੋਇਆ ਸੋ ਆਲਮੋਸਟ ਡਬਲ ਜਿਹੜਾ ਹੈ ਲੋਕਾਂ ਨੇ ਉਧਰ ਪਿਆਰ ਔਰ ਆਪਣਾ ਮਾਨ ਬਖਸ਼ਿਆ ਪੰਜਾਬੀ ਸਿਨੇਮਾ ਨੂੰ ਇਸੇ ਕਰਕੇ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਇਹ ਚੀਜ਼ ਸਮਝ ਆਈ ਹੈ ਕਿ ਅਸੀਂ ਜਿਹੜੀ ਬੇਤੁਕੀਆਂ ਚੀਜ਼ਾਂ ਤੇ ਨਹੀਂ ਔਰ ਕੁਝ ਅੱਛੀ ਸਟੋਰੀ ਲਾਈਨ ਦੇ ਉੱਤੇ ਵਰਕਆਊਟ ਕਰਨਾ ਹੈ ਔਰ ਡਾਇਰੈਕਟਰ ਦਾ ਦੀ ਰੇਟ ਇਜ਼ ਬਹੁਤ ਟੈਲੈਂਟਡ ਨੇ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਕਿਸ ਤਰੀਕੇ ਦੇ ਜਿਹੜੇ ਲੋਕਾਂ ਨੂੰ ਸਬਜੈਕਟ ਪਸੰਦ ਆ ਰਹੇ ਨੇ ਔਰ ਕਿਹੜਾ 뮤직 ਲੋਕੀ ਸੁਨਣਾ ਪਸੰਦ ਕਰ ਰਹੇ ਨੇ ਤੇ ਉਹਦੇ ਬਿਆਸ ਤੇ ਨਾਲ ਬੜੀ ਸਟਡੀ ਕਰਕੇ ਅੱਜ ਦੀ ਰੇਟ ਜਿਹੜਾ ਪੰਜਾਬੀ ਸਿਨੇਮਾ ਬਣ ਰਿਹਾ ਤੇ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਬਹੁਤ ਅਚੀ ਮਾਰਕੀਟ ਹੋਦੀ ਇੰਪਰੂਵ ਹੋ ਰਹੀ ਹੈ ਬਿਲਕੁਲ ਅੱਜ ਅਗਰ ਗੱਲ ਕਰੀਏ ਤੇ ਪੰਜਾਬੀ ਸਿਨੇਮਾ ਸਿਰਫ ਹਸੀ ਮਜ਼ਾਕ ਦੀ ਦਹਲੀਜ਼ ਨੂੰ ਪਾਰ ਕਰ ਚੁੱਕਿਆ ਅੱਜ ਸਬਜੈਕਟਿਵ ਅ ਮੂਵੀਜ਼ ਵੀ ਇੱਥੇ ਬਣ ਰਹੀਆਂ ਜਿੱਥੇ ਇੱਕ ਮੁੰਡਾ ਹੀ ਚਾਹੀਦਾ ਇੱਕ ਮੂਵੀ ਜਿਹੜੀ ਆਈ ਉਹ ਇੱਕ ਸਪੋਰਟ ਕਰ ਰਹੀ ਸੀ ਜੈਂਡਰ ਇਸ਼ੂ ਨੂੰ ਲੌਂਗ ਲਾਚੀ ਮੂਵੀ ਸੀ ਉਹ ਸਪੋਰਟ ਕਰ ਰਹੀ ਸੀ ਕਿ ਇੱਕ ਔਰਤ ਨੂੰ ਬਾਹਰ ਜਾ ਕੇ ਜੇਕਰ ਕੰਮ ਕਰਨਾ ਹੈ ਤੇ ਮੇਲ ਉਹਨੂੰ ਡੋਮਿਨੇਟ ਨਾ ਕਰਕੇ ਉਹਦਾ ਸਾਥ ਦੇ ਕਿ ਇਹ ਆਈਓਜੀ ਮੂਵੀਜ਼ ਮਾਰਕੀਟ ਵਿੱਚ ਅੱਛਾ ਬਿਜ਼ਨਸ ਵੀ ਕਰ ਰਹੀਆਂ ਨੇ ਵੀਰ ਜੀ ਕੀ ਕਹਿਣਾ ਹੈ ਇਹ ਜਿਹੇ ਸਬਜੈਕਟ ਜਦ ਅਸੀਂ ਚੂਜ਼ ਕਰਕੇ ਕੋਈ ਬਿਲਕੁਲ ਸਹੀ ਤੁਸੀਂ ਕਿਹਾ ਜੀ ਅ ਜੜੀ ਇਸ ਤਰੀਕੇ ਦੀ ਸਬਜੈਕਟਸ ਮੂਵੀਜ਼ ਆ ਰਹੀਆਂ ਨੇ ਚਾਹੇ ਜਿਹਦੇ ਵਿੱਚ ਊਮਨ ओरिएंटेड ਇਸ਼ੂਜ਼ ਨੇ ਜਾਂ ਜਿਹੜੇ ਜੈਂਡਰ ਇਕੁਐਲਿਟੀ ਦੇ ਨੇ ਕਿਉਂਕਿ ਕਿਤੇ ਨਾ ਕਿਤੇ ਮੈਂ ਸਮਝਦਾ ਪੰਜਾਬੀ ਸਿਨੇਮਾ ਨੂੰ ਇਹ ਚੀਜ਼ ਦੀ ਇੱਕ ਦਾਤ ਹੈ ਕਿ ਉਹ ਕਿਤੇ ਨਾ ਕਿਤੇ ਜਿਹੜੀ ਗੁਰੂ ਸਾਹਿਬ ਦੀ ਦਿੱਤੀ ਹੋਈ ਗੁਰਬਾਣੀ ਦੇ ਮੈਸੇਜ ਨੇ ਉਹਨਾਂ ਤੇ ਸੰਤੇਸ਼ ਹੈ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਜਾਂ ਨਾਰੀ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਕ ਇਕੁਐਲਿਟੀ ਦਾ ਜਿਹੜਾ ਦਰਜਾ ਸ਼ੁਰੂ ਤੋਂ ਦਿੱਤਾ ਹੈ ਸੋ ਕੋਮੰਦਾ ਕੀ ਜਮੇ ਰਾਜਨ ਬਿਲਕੁਲ ਸਹੀ ਸੋ ਉਸ ਚੀਜ਼ਾਂ ਨੂੰ ਫਾਲੋ ਕਰਦੇ ਹੋਏ ਡਾਇਰੈਕਟਰਸ ਵੀਏ ਮਾਈਂਡਸੈਟ ਪਤਾ ਹੈ ਕਿ ਜਿਹੜੀ ਬਾਰ ਵਿਦੇਸ਼ਾਂ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਪੰਜਾਬ ਪ੍ਰਤੀ ਖੇਚ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਤੇ ਦਰਦ ਉਸ ਰਿਐਲਿਟੀ ਨੂੰ ਉਹਨਾਂ ਨੇ ਵੱਡੇ ਪੜਦੇ ਤੇ ਦਿਖਾਣਾ ਚਾਹਿਆ ਕਿ ਇਹ ਜਿਹੜਾ ਵਰਲਡਵਾਈਡ ਹੈ ਜਿਹੜੀ ਸਿਨੇਮਾ ਜਸਟ ਏਮ ਰਿਲੀਜ਼ ਹੁੰਦੀ ਹੈ ਤੇ ਉਹਦੇ ਵਿੱਚ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਜਿਹੜਾ ਹੈ ਨਾ ਉਸ ਇੰਟਰਨੈਸ਼ਨਲ ਲੈਵਲ ਤੇ ਪਤਾ ਲੱਗੇ ਔਰ ਨਾਲ ਹੀ ਨਾਲ ਉਹ ਮੈਸੇਜ ਦੇ ਨਾਲ ਕਿੰਨੀ ਅਵੇਅਰਨੈਸ ਲੋਕਾਂ ਦੇ ਵਿੱਚ ਫੈਲਦੀ ਹੈ ਇਹ ਬਹੁਤ ਵੱਡਾ ਇੱਕ ਇਸ਼ੂ ਰਹਿੰਦਾ ਹੈ ਬਿਲਕੁਲ ਹੁਣ ਅਗਰ ਗੱਲ ਕੀਤੀ ਜਾਏ ਕਿ ਬਾਲੀਵੁੱਡ ਔਰ ਪਾਲੀਵੁੱਡ ਬਾਲੀਵੁੱਡ ਤੱਕ ਜਾਣ ਰਸਤਾ ਮੈਨੂੰ ਨਹੀਂ ਲੱਗਦਾ ਇੰਨਾ ਮੁਸ਼ਕਿਲ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਕਾਂਗਾ ਇਨਫੈਕਟ ਅਸੀਂ ਪੰਜਾਬੀ ਨੂੰ ਪਾਲੀਵੁੱਡ ਨਾ ਕਹਿ ਕੇ ਬਾਲੀਵੁੱਡ ਹੀ ਕਹੀਏ ਤੇ that will be more ਆਟ ది ਡੇਟ ਅੱਜ ਮੈਂ ਕਾਂਗਾ 100 ਨਹੀਂ ਇਨਫੈਕਟ 1000% ਜੇ ਨਹੀਂ ਤੁਸੀਂ ਬਾਲੀਵੁੱਡ ਫਿਲਮਾਂ ਦੇਖ ਰਹੇ ਹੋ ਹਰ ਕੋਈ ਫਿਲਮ ਦਾ ਟਾਈਟਲ Song ਆਦੀ ਡੇਟ ਇਸ ਪੰਜਾਬੀ ਹੈ ਚਾਹੇ ਉਹ ਹਨੀ ਸਿੰਘ ਨੇ ਗਾਇਆ ਚਾਹੇ ਉਹ ਬਾਦਸ਼ਾਹ ਨੇ ਗਾਇਆ ਚਾਹੇ ਉਹ ਜੈਜੀ ਵੀ ਹੈ ਚਾਹੇ ਉਹ ਦਿਲਜੀਤ ਦੋਸਾਂਝ ਹੈ ਚਾਹੇ ਕਿਪਿਗਰੇ ਵਾਲਾ ਸੋ 올 ਥੀਸ ਲੀਡਿੰਗ ਜਿਹੜੇ ਸਾਡੇ ਸਟਾਰਸ ਨੇ ਸਭ ਤੋਂ ਵੱਡਾ ਇਹਨਾਂ ਦਾ ਐਂਡ ਐਡਵਾਂਟੇਜ ਇਹ ਹੈਗਾ ਕਿ ਇਹ ਸਿੰਗਰਸ ਵੀ ਨੇ ਨਾਲ ਤੇ ਉਹ ਸਿੰਗਰ ਦੇ ਨਾਲ ਆਲਰੇਡੀ ਵਰਲਡਵਾਈਡ ਇੰਨੇ ਫੇਮਸ ਨੇ ਕਿ ਉਹਨਾਂ ਦੇ 뮤직 ਨੂੰ ਪੂਰੇ ਵਰਲਡ ਦੇ ਵਿੱਚ ਚੁਮਾਣਾ ਉਹਨਾਂ ਨੂੰ ਆਂਦਾ ਹੈ ਕਿ ਕਿਸ ਕਿਸ ਤਰੀਕੇ ਨਾਲ ਅਸੀਂ ਜਿਹੜਾ ਆਪਣਾ 뮤직 ਨਵਾਂ ਕਢੀਏ ਔਰ ਲੋਕਾਂ ਨੂੰ ਇਸ ਦੇ ਉੱਤੇ ਗਾਣੇ ਦੀ ਬੀਟਸ ਦੇ ਉੱਤੇ ਅਸੀਂ ਨੱਚਾ ਸਕਦੇ ਹਾਂ ਸੋ ਔਰ ਨੋ ਡਾਊਟ ਉਸ ਦੇ ਉੱਤੇ ਬਹੁਤ ਪਿਆਰ ਮਿਲਿਆ ਨੂੰ ਵਰਲਡਵਾਈਡ ਆਪਣੇ ਸ਼ੋਅਜ਼ ਵੀ ਕਰਨ ਜਾਂਦੇ ਨੇ ਤੇ ਉਹਦੇ ਨਾਲ ਇਹਨਾਂ ਨੂੰ ਨੇਮ ਫੇਮ ਔਰ ਬਾਲੀਵੁੱਡ ਤੇ ਤੁਸੀਂ ਦੇਖ ਹੀ ਲੋ ਇਨਫੈਕਟ ਫਿਲਮ ਦੇ ਵਿੱਚ ਗਾਣਾ ਤੇ ਹੈ ਹੀ ਉਸ ਤੋਂ ਇਲਾਵਾ ਸਾਟੇ ਜਿਹੜੇ ਦਿਲਜੀਤ ਦੋਸਾਂਝ ਹੈ ਔਰ ਗਿੱਪੀ ਗਰੇਵਾਲਾ ਹੈ ਐਮੇ ਵੇਰਕਨ ਹਾਰਦੀ ਸੰਧੂ ਇਹ ਸਾਰਿਆਂ ਦੀ ਬੈਕ ਟੂ ਬੈਕ ਬਾਲੀਵੁੱਡ ਫਿਲਮਾਂ ਜੀ ਆ ਰਹੀਆਂ ਨੇ ਹੁਣੇ ਇਨਫੈਕਟ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਕੰਗਨਾ ਰਣੌਟ ਦੇ ਨਾਲ ਮੇਨ ਲੀਡ ਦੇ ਵਿੱਚ ਅਸੀ ਗਿਲ ਸੀ ਸੋ ਥੀਸ ਕਾਈਂਡ ਆਫ ਫਿਲਮਸ ਇਹਨਾਂ ਨੂੰ ਆਪਣੇ ਆਪ ਅਪਰੋਚ ਕਰਦੇ ਨੇ ਬਾਲੀਵੁੱਡ ਤੇ ਜਿਹੜੇ ਪ੍ਰੋਡਿਊਸਰਸ ਨੇ ਡਾਇਰੈਕਟਰ ਨੇ ਸੋ ਇਹ ਪੰਜਾਬੀ ਇੰਡਸਟਰੀ ਵਾਸਤੇ ਪੰਜਾਬੀ ਸਿਨੇਮਾ ਵਾਸਤੇ ਮੈਂ ਕਾਂ ਇਨਫੈਕਟ ਹੋਲ ਅਗਰ ਗੱਲ ਕਰੀਏ ਮਨਦੀਪ ਪੇਜ ਜੀ ਤੁਹਾਡੀ ਗੱਲ ਕਰੀਏ ਤੇ ਹਰ ਇਨਸਾਨ ਦੇ ਹੋਰ ਸੁਪਨੇ ਹੁੰਦੇ ਨੇ ਤੁਸੀਂ ਬਹੁਤ ਤਰੱਕੀ ਕੀਤੀ ਹੈ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਲੇਕਿਨ ਹੁਣੇ ਵੀ ਮੰਨਣੇ ਚ ਹੈਗੇ ਕਿ ਹਾਂ ਇਹ ਕਰਨਾ ਬਹੁਤ ਕੁਝ ਬਾਕੀ ਹੈ ਉਹਨੇ ਜੀ ਬਿਲਕੁਲ ਮੈਂ ਹਮੇਸ਼ਾ ਪੈਸ਼ਨੇਟ ਰਹਿਣਾ ਕਿ ਕੁਝ ਨਾ ਕੁਝ ਨਵਾਂ ਮਾਰਕੀਟ ਦੇ ਵਿੱਚ ਕਰਦੇ ਰਹੀਏ ਐਂਡ ਸੋ ਥੈਟ ਮੇਰੀ ਥੋੜੀ ਜਿਹੀ ਆਦਤ ਹੈ ਕਿ ਕੁਝ ਨਵਾਂ ਨਵਾਂ ਅਸੀਂ ਜਿਸ ਟਾਈਮ ਸਰਚ ਕਰਦੇ ਆ ਸੋ ਉਹਨੂੰ ਪ੍ਰੈਕਟੀਕਲ ਮੋਡ ਤੇ ਵਿੱਚ ਵੀ ਲੈ ਕੇ ਆਈਏ ਸੋ ਸੇਮ ਵੇ ਜਿਸ ਟਾਈਮ ਸਟਾਰਟ ਹੋਇਆ ਸੀ ਉਸ ਟਾਈਮ ਮਾਰਕੀਟਿੰਗ ਦਾ ਇਨੀਸ਼ੀਏਟ ਇੱਥੇ ਉਹ ਮਾਰਕੀਟਿੰਗ ਸਟਾਰਟ ਕੀਤੀ ਜਦ ਪ੍ਰੋਡਕਸ਼ਨ ਦੇ ਵਿੱਚ ਆਏ ਉਹ ਪ੍ਰੋਡਕਸ਼ਨ ਦਾ ਉਹਦਾ ਕਨਸੈਪਟ ਚੇਂਜ ਕੀਤਾ ਕਿ ਕੀ ਜ਼ਰੂਰਤ ਹੈ ਕਿ ਤੁਹਾਨੂੰ ਨੈਸੈਸਰੀ ਹੈ ਕਿ ਵੀ 200 ਬੰਦੇ ਲੈ ਕੇ ਜਾਣੇ ਹਨ ਜਦ ਕੰਮ ਤੁਹਾਡਾ 100 ਬੰਦਿਆਂ ਨਾਲ 80 ਬੰਦਿਆਂ ਨਾਲ ਵੀ ਚ ਜਬਰਦਸਤੀ ਦੇ ਲੋਕੀ ਲੈ ਕੇ ਜਾਓ ਸੋ ਹਰ ਚੀਜ਼ ਦੇ ਵਿੱਚ ਅਸੀਂ ਬੜਾ ਸਿਸਟਮੈਟਿਕ ਔਰ ਤਰੀਕੇ ਨਾਲ ਉਸ ਚੀਜ਼ ਨੂੰ ਬਰੀਫ ਕਰਕੇ ਨਾ ਔਰ ਕਾਫੀ ਕੋਸ਼ਿਸ਼ ਕੀਤੀ ਹੈ ਕਿ ਨਵੇਂ-ਨਵੇਂ ਕਨਸੈਪਟਸ ਦੇ ਨਾਲ ਲੋਕਾਂ ਨੂੰ ਇਹ ਚੀਜ਼ ਨਵੇਂ ਤਰੀਕੇ ਨਾਲ ਪੇਸ਼ ਕਰ ਸਕੀ ਹੈ ਮੈਂ ਮਨਦੀਪ ਜੀ ਅਗਰ ਗੱਲ ਕਰੀਏ ਪ੍ਰੋਮੋਸ਼ਨਸ ਦੀ ਗੱਲ ਕਰੀਏ ਤੇ ਅੱਜ ਸੋਸ਼ਲ ਮੀਡੀਆ ਜਿਵੇਂ ਸਭ ਤੋਂ ਸਟਰੋਂਗ ਮੀਡੀਅਮ ਹੈ ਹਰ ਗੱਲ ਨੂੰ ਲੋਕਾਂ ਤੱਕ ਆਵਾਮ ਤੱਕ ਪਹੁੰਚਾਉਣ ਵਾਸਤੇ ਔਰ ਤੁਸੀਂ ਵੀ ਸ਼ਾਇਦ ਉਹਦਾ ਵੀ ਸਹਾਰਾ ਲੈਂਦੇ ਹੋਗੇ ਪ੍ਰੋਮੋਸ਼ਨਸ ਵਾਸਤੇ ਹੋਰ ਕਿਸ ਤਰੀਕੇ ਦੀ ਟੈਕਨੀਕਸ ਜਿਹੜੀਆਂ ਨੇ ਕਿਉਂਕਿ ਪਹਿਲੇ ਵੀ ਮੂਵੀਜ਼ ਆਂਦੀਆਂ ਸਨ ਹੁਣ ਵੀ ਮੂਵੀਜ਼ ਆ ਰਹੀਆਂ ਨੇ ਪਹਿਲੇ ਵੀ ਮੂਵੀਜ਼ ਰਿਲੀਜ਼ ਹੁੰਦੇ ਸਨ ਹੁਣ ਲੇਕਿਨ ਹੁਣ ਵੀ ਹੋ ਰਹੀਆਂ ਨੇ ਲੇਕਿਨ ਗੱਲ ਇਥੇ ਰੈਵਨਿਊ ਦੀ ਆਂਦੀ ਹੈ ਕਿ ਰੈਵਨਿਊ ਜਨਰੇਟ ਹੋ ਰਿਹਾ ਹੈ ਲੋਕਾਂ ਤੱਕ ਗੱਲ ਪਹੁੰਚਦੀ ਹੈ ਤੇ ਉਹ ਕਿਧਰੇ ਨੇ ਕਿਧਰੇ ਪ੍ਰੋਮੋਸ਼ਨ ਦੇ ਜ਼ਰੀਏ ਹੀ ਪਹੁੰਚ ਰਹੀ ਹੈ ਬਿਲਕੁਲ ਠੀਕ ਤੁਸੀਂ ਫਰਮਾਇਆ ਨੀ ਜੀ ਮੈਂ ਇਹਦੇ ਵਿੱਚ ਦੋ ਅਲੱਗ-ਅਲੱਗ ਪੱਖ ਨੇ ਇੱਕ ਤੁਸੀਂ ਕਹਿਆ ਜੀ ਪਹਿਲੇ ਵੀ ਫਿਲਮਾਂ ਆਂਦੀ ਸੀ ਹੁਣ ਵੀ ਆਂਦੀਆਂ ਨੇ ਪਹਿਲਾਂ ਮੈਮ ਜਿਹੜੀ ਫਿਲਮ ਸੀ ਉਹ ਰੋਲਸ ਰੀਲਸ ਬਣਦੀਆਂ ਸੀ ਹੁਣ ਸਾਰਾ ਡਿਜੀਟਲਾਈਜੇਸ਼ਨ ਹੈ ਜਿੰਨੇ ਵੀ ਤੁਸੀਂ سینਮਾਸ ਦੇ ਵਿੱਚ ਬੈਠ ਕੇ ਤੁਸੀਂ ਇੰਡੀਆ ਲੈਵਲ ਤੇ ਮੈਂ ਕਹਾਂਗਾ ਵਰਲਡ ਲੈਵਲ ਤੇ ਨਹੀਂ ਇੰਡੀਆ ਲੈਵਲ ਤੇ ਜਿੰਨੇ ਵੀ ਤੁਸੀਂ سینਮਾਸ ਦੇ ਵਿੱਚ ਬੈਠ ਕੇ ਇਹ ਫਿਲਮ ਆਪਣੇ ਇੰਜੋਏ ਕਰਦੇ ਹੋ ਵੱਡੇ ਪਰਦੇ ਤੇ ਮੈਕਸਿਮ ਜਿਹੜੀ ਫਿਲਮ ਹੈ ਨਾ ਇਹ ਸਾਰੀਆਂ ਲੋਡ ਹੁੰਦੀਆਂ ਨੇ ਮੁੰਬਈ ਤੋਂ ਬਿਲਕੁਲ ਤੇ ਮੁੰਬਈ ਤੋਂ ਹੀ ਥਰੂ ਸੈਟੇਲਾਈਟਸ ਦੇ 올 ਓਵਰ ਇੰਡੀਆ ਲੈਵਲ ਤੇ ਇਹ ਨੈਟਵਰਕ ਹੈਗਾ ਜਿਹਦੇ ਵਿੱਚ ਸਰਟੀਫਿਲਮ ਜਿਹੜੀ ਲੋਡ ਹੋ ਜਾਂਦੀ ਹੈ ਔਰ ਅਸੀਂ ਇੱਥੇ ਬੈਠ ਕੇ ਇੰਜੋਏ ਕਰਦੇ ਆ ਆਪਣੇ ਥੀਏਟਰਸ ਦੇ ਵਿੱਚ ਹਾਂ ਸੈਕੰਡਲੀ ਤੁਸੀਂ ਅਮਨੀ ਜੀ ਕਿਹਾ ਕਿ ਜਿਹੜਾ ਡਿਜੀਟਲਾਈਜੇਸ਼ਨ ਹੋ ਰਿਹਾ ਬਿਲਕੁਲ ਸਹੀ ਕਿਹਾ ਅਮਨੀ ਜੀ ਇਹਦੇ ਵਿੱਚ ਵੀ ਮੈਂ ਜਿਹੜਾ ਫਰਸਟ ਜਿਹੜਾ ਹੈ ਚੀਜ਼ ਚੇਂਜ ਕੀਤੀ ਹੈ ਕਿ ਲਾਈਕ ਪਹਿਲੇ ਜਿਹੜਾ ਇਹਨਾਂ ਦਾ ਸੀਗਾ ਸਿਨੇਮਾ ਦਾ ਕਿ ਸਾਡੀ ਫਿਲਮ ਆਈ ਹੈ ਉਹਦਾ ਪੋਸਟਰ ਰਿਲੀਜ਼ ਕਰਨਾ ਜਾਂ ਤਾਂ ਸਾਡੇ ਕੋਲ ਸੋਰਸ ਹੁੰਦਾ ਸੀ ਟੀਵੀ ਚੈਨਲ ਜਿਹੜੇ ਕਿ ਸਾਡੇ ਕੋਲ ਪੰਜਾਬੀ ਚੈਨਲਸ ਬਹੁਤ ਘੱਟ ਸੀ ਜਾਂ ਫਿਰ ਸੋਰਸ ਹੁੰਦਾ ਸੀ ਅਖਬਾਰਾਂ ਦੇ ਵਿੱਚ ਐਡ ਦੇ ਦਿੱਤੀ ਜਾਂ ਫਿਰ ਪੋਸਟਰਸ ਗਲੀ ਗਲੀ ਇੱਥੇ ਲਗਾਉਂਦੇ ਫਿਰ ਰਹੇ ਸੀ ਜਾਂ ਆਪਣੇ ਥੀਏਟਰਸ ਦੇ ਵਿੱਚ ਲੇਕਿਨ ਹੁਣ ਬਹੁਤ ਜ਼ਿਆਦਾ ਮਾਡਰਨ ਟੈਕਨੋਲੋਜੀਜ਼ ਆ ਗਈਆਂ ਨੇ ਸਾਡੇ ਕੋਲ ਹੁਣ ਸਾਡੇ ਕੋਲ ਇਸ ਤਰੀਕੇ ਦੇ ਸੋਸ਼ਲ ਮੀਡੀਆ ਦੇ ਹੈਗੇ ਨੇ ਸੋਰਸਸ ਜਿਨ੍ਹਾਂ ਦੇ ਨਾਲ ਅਸੀਂ ਫਿਲਮ ਮਤਲਬ ਲਾਈਕ ਇੱਕ ਜਗ੍ਹਾ ਪੋਸਟਰ ਸਾਨੂੰ ਹੁਣ ਸਪੈਸ਼ਲੀ ਰਿਲੀਜ਼ ਕਰਨੇ ਜਾਣਾ ਪੈਂਦਾ ਇੱਕ ਬੰਦ ਕਮਰੇ ਵਿੱਚ ਵੀ ਅਸੀਂ ਰਿਲੀਜ਼ ਕਰ ਸਕਦੇ ਆ ਔਰ ਵਰਲਡਵਾਈਡ ਉਹ ਨੋ ਪਹੁੰਚਾ ਸਕਨੇ ਆ ਸਾਡੇ ਕੋਲ ਬਹੁਤ ਵੱਡਾ ਸੋਰਸ ਹੈਗਾ ਫੇਸਬੁੱਕ ਦਾ WhatsApp ਦਾ ਇੰਸਟਾਗ੍ਰam ਦਾ ਸੋ ਜਿੰਨੀ ਵੀ ਆ ਸੋਸ਼ਲ ਸਾਈਟਸ ਨੇ ਇਹਨਾਂ ਦਾ ਮੈਕਸਿਮਮ ਯੂਜ਼ ਕਰਦਾ ਔਰ ਮੈਂ ਇਸ ਚੀਜ਼ ਤੇ ਉਤੇ ਬਹੁਤ ਜ਼ੋਰ ਦਿੱਤਾ ਹੈ ਕਿ ਕਦੀ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਮੰਨ ਲਓ 100 ਰੁਪਏ ਅਸੀਂ ਖਰਚ ਕਰਨੇ ਨੇ ਮਾਰਕੀਟਿੰਗ ਤੇ ਤੇ ਮੈਂ ਕਦੀ ਵੀ 100 ਦਾ 100 ਰੁਪਏ ਖਾਲੀ ਟੀਵੀ ਤੇ ਜਾਂ ਖਾਲੀ ਅਖਬਾਰ ਤੇ ਜਾਂ ਖਾਲੀ ਡਿਜੀਟਲ ਤੇ ਉਤੇ ਨਹੀਂ ਲਗਾਇਆ ਅਸੀਂ 20-20 ਰੁਪਏ ਕਰਕੇ ਹਰ ਮੀਡੀਅਮ ਨੂੰ ਚੂਜ਼ ਕੀਤਾ ਹੈ ਤਾਂ ਕਿ ਉਹ ਜਿਹੜਾ ਹੁਣ ਸੋਸ਼ਲ ਮੀਡੀਆ ਨਹੀਂ ਦੇਖਦਾ ਉਹ ਅਖਬਾਰ ਪੜ੍ਹਦਾ ਤੇ ਉਹ ਅਖਬਾਰ ਦੇ ਰਾਹੀਂ ਸਾਡਾ ਐਡਵਰਟਾਈਜ਼ਮੈਂਟ ਦੇਖ ਪਾਏਗਾ ਉਹਨੂੰ ਪਤਾ ਲੱਗੇਗਾ ਸਾਡੀ ਫਿਲਮ ਜਿਹੜੀ ਆ ਰਹੀ ਹੈ ਜਾਂ ਜਿਹੜੇ ਯੰਗਸਟਰਸ ਨੇ ਉਹ ਮੈਕਸਿਮ ਸੋਸ਼ਲ ਮੀਡੀਆ ਤੇ ਸਾਈਟਸ ਤੇ ਹੁੰਦੇ ਹੈਗੇ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਅਸੀਂ ਚਲਾਉਂਦੇ ਆ ਤੇ ਉਹਦੇ ਥਰੂ ਉਹਨਾਂ ਨੂੰ ਪਤਾ ਲੱਗਦਾ ਸਾਡੀ ਫਿਲਮ ਆ ਰਹੀ ਹੈ ਸਾਡਾ ਗਾਣਾ ਆ ਰਿਹਾ ਹੈ ਜਾਂ ਸਾਡਾ ਟ੍ਰੇਲਰ ਇਸ ਤਰੀਕੇ ਰਿਲੀਜ਼ ਹੋਣ ਵਾਲਾ ਹੈ ਔਰ ਟੀਵੀ ਤੇ ਆਈ ਥਿੰਕ ਆਪਣੇ ਆਪ ਦੇ ਵਿੱਚ ਅੱਜ ਦੀ ਰੇਟ ਵਿੱਚ ਬਹੁਤ ਵੱਡਾ ਮੀਡੀਅਮ ਹੈ ਸੋ ਟੀਵੀ ਦੇ ਥਰੂਸ ਤੇ ਚਲਦਾ ਰਹਿੰਦਾ ਉਸ ਤੋਂ ਇਲਾਵਾ magazines ਆ ਗਈਆਂ ਹੋਰ web portals ਆ ਗਏ ਹੋਰ news ਹੈਗੀ ਹੈ ਟੈਕਨੋਲੋਜੀ ਤੇ ਸਾਰਾ ਕੁਝ ਚਲਦਾ ਰਹਿੰਦਾ ਬਾਏ ਦਿ ਟਾਈਮ ਮਨਦੀਪ ਜੀ ਅਗਰ ਗੱਲ ਕਰੀਏ ਬਾਲੀਵੁੱਡ ਦੀ ਤੇ ਸੈਂਸਰ ਬੋਰਡ ਉੱਥੇ ਮੌਜੂਦ ਹੈ ਤੇ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਕੋਲ ਵੀ ਆਪਣਾ ਇੱਕ ਸੈਂਸਰ ਬੋਰਡ ਹੋਣਾ ਚਾਹੀਦਾ ਔਰ ਜਿੱਥੇ ਗੱਲ ਹੁੰਦੀ ਹੈ ਕਈ ਇਸ਼ੂਜ਼ ਨੇ ਕਈ ਮੂਵੀਜ਼ ਨੇ ਜਿੰਨਾ ਚ ਸਿੱਖਾਂ ਦੀ ਵੈਲਿਊਜ਼ ਨੂੰ ਸਿੱਖਾਂ ਨੂੰ ਤੱਕਾ ਲੱਗਦਾ ਹੈ ਮੂਵੀਜ਼ ਚ ਤੇ ਤੁਹਾਨੂੰ ਲੱਗਦਾ ਕੋਈ AOG ਕਿਉਂਕਿ ਤੁਸੀਂ ਪ੍ਰੋਡਕਸ਼ਨ ਇਚ ਹੋਗੇ ਪ੍ਰੋਮੋਸ਼ਨਜ਼ ਇਚ ਹੋਗੇ ਕਿ ਕੋਈ ਨਾ ਕੋਈ AOG ਬਣਨੀ ਚਾਹੀਦੀ ਹੈ ਤਾਂ ਰਾਜ ਦੇ ਅੰਦਰ ਇਹ ਸਭ ਕੁਝ ਸਖਤ ਤਰੀਕੇ ਨਾਲ ਵਰਤੋਂ ਕੀਤੀ ਜਾਏ ਮੈਂ ਬਹੁਤ ਸਹੀ ਔਰ ਬੜਾ ਵੈਲਿਡ ਤੁਸੀਂ ਕੁਐਸਚਨ ਚੁੱਕਿਆ ਹੈ ਔਰ ਮੇਰਾ ਇਹਦੇ ਉਤੇ ਬਹੁਤ ਮਨ ਹੈ ਔਰ ਮੇਰੀ ਪੂਰੀ ਕੋਸ਼ਿਸ਼ ਵੀ ਹੈ ਕਿ ਵਾਇਗਰੋ ਨੇ ਚਾਹਿਆ ਤਾਂ ਐਸੇ ਵਾਂ ਵੀ ਜਰੂਰ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲੱਗੇ ਬਤਾਵਾਂਗੇ ਕਿ ਸੈਂਸਰ ਬੋਰਡ ਜਿਹੜਾ ਹੈ ਬਹੁਤ ਵੱਡਾ ਕੀ ਰੋਲ ਹੈ ਜਿਹੜਾ ਕਿ ਸਾਡੀ ਪੰਜਾਬੀ ਫਿਲਮਸ ਨੂੰ ਸਾਡੀ ਰਿਲੀਜ਼ ਹੋਣ ਦੇ ਵਕਤ ਇਹ ਜਿਹੜੇ ਨਾ ਤਿੰਨ ਕੈਟਾਗਰੀਜ਼ ਹੁੰਦੀਆਂ ਨੇ ਇਹਨਾਂ ਦਾ A ਦਿੰਦੇ ਨੇ ਅਡਲਟ ਵਾਸਤੇ UA ਜਾਂ U ਸੋ ਮੈਕਸਿਮਮ ਤੇ ਸਾਡੀ ਜਿਹੜੀ ਫੈਮਿਲੀ ਫਿਲਮਸ ਨੇ U ਹੀ ਮਿਲਣਾ ਚਾਹੀਦਾ ਹੈ ਪਰ ਕਈ ਕਈ ਫਿਲਮਸ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਨਾ ਕੋਈ ਇਸ ਤਰੀਕੇ ਦਾ ਇਨਸੀਡੈਂਟ ਦਿਖਾਣਾ ਪੈਂਦਾ ਜਿਹਦੇ ਨਾਲ ਅਸੀਂ ਪੁਰਾਣਾ ਇਤਿਹਾਸ ਜਾਂ ਕੋਈ ਪੁਰਾਣੀ ਸਾਡਾ ਜਿਹੜਾ ਰਿਲੀਜੀਅਨ ਤੋਂ ਰਿਲੇਟਿਡ ਕਨਸੈਪਟ ਹੈ ਉਹ ਅਸੀਂ ਦਿਖਾਣਾ ਚਾਹੁੰਦੇ ਆ ਤੇ ਉਹਦੇ ਵਿੱਚ ਅਗਰ ਸਾਡੇ ਯੋਧਿਆਂ ਨੇ ਕੋਈ ਕਿਰਪਾਨ ਜਾਂ ਤਲਵਾਰबाजी ਜਾਂ ਕੁਝ ਇਸ ਤਰੀਕੇ ਦਾ ਗਤਕਾ ਇਸਤੇਮਾਲ ਕੀਤਾ ਤੇ ਉਹ ਅਗਰ ਅਸੀਂ ਫਿਲਮ ਦੇ ਮਾਧਿਅਮ ਦੇ ਰਾਹੀਂ ਆਪਣੇ ਵੱਡੇ ਪਰਦੇ ਤੇ ਦਿਖਾਣਾ ਚਾਹੁੰਦੇ ਆਂ ਤੇ ਸੈਂਸਰ ਬੋਰਡ ਦਾ ਉਹਦੇ ਵਿੱਚ ਸਾਨੂੰ ਬੜਾ ਟਾਂਗ ਰਹਿੰਦੀ ਹੈ ਕਿ ਉਹ ਸਾਡੇ ਚੀਜ਼ਾਂ ਨੂੰ ਨਾ ਬੜਾ ਉਸ ਤਰੀਕੇ ਤੇ 네ਗੇਟਿਵ ਇਸ਼ੂਸ ਕ੍ਰੀਏਟ ਕਰ ਦਿੰਦੇ ਨੇ ਕਿ ਆਪ ਜੀ ਵਾਇਲੈਂਸ ਫਲਾਓਗੇ ਤੁਸੀਂ ਇਹ ਡਰਾਮਾ ਕ੍ਰੀਏਟ ਕਰ ਰਹੇ ਹੋ ਅਨਨੈਸੈਸਰੀ ਹੈ ਇਹ ਜਾਂ ਤੁਸੀਂ ਆਪਣੇ ਸੀਨ ਇਹਨੇ ਕੱਢ ਦਿਓ ਜਾਂ ਉਹ ਕਰ ਦਿਓ ਮੈਂ ਸਮਝਣਾ ਚਾਹੁੰਦਾ ਕਿ ਜਦ ਇੰਨੀ ਵੱਡੀ ਵੱਡੀ ਐਡਲਟ ਫਿਲਮਸ ਮਤਲਬ ਹਾਇਰ ਹਰ ਲੈਵਲ ਦੀਆਂ ਉਹਨਾਂ ਨੂੰ ਤੁਸੀਂ ਰਿਲੀਜ਼ ਵਾਸਤੇ ਇਹ ਸੈਂਸਰ ਵੀ ਦੇ ਦੇ ਦਿੰਦੇ ਹੋ ਔਰ ਉਹ ਵਰਲਡਵਾਈਡ ਰਿਲੀਜ਼ ਵੀ ਹੋ ਜਾਂਦੀ ਹੈ ਇਹ ਸਭ ਕੁਝ ਉਹਨਾਂ ਤੇ ਹੋ ਜਾਂਦਾ ਹੈ ਸੋ ਅਸੀਂ ਇੱਕ ਇੱਕ ਤਲਵਾਰबाजी ਦਿਖਾਵਾਂਗੇ ਜਾਂ ਇਸ ਤਰੀਕੇ ਦਾ ਕੋਈ ਛੋਟਾ ਮੋਟਾ ਗਤਕਾ ਜਾਂ ਕੁਝ ਇਸ ਤਰੀਕੇ ਦਾ ਦਿਖਾ ਦਾਂਗੇ ਤਾਂ ਉਹਦੇ ਨਾਲ ਇਹਨਾ ਵਾਇਲੈਂਸ ਹੋ ਜਾਏਗਾ ਸੋ ਆਈ ਥਿੰਕ ਇਸ ਚੀਜ਼ ਦੇ ਉੱਤੇ ਬਹੁਤ ਵਰਕ ਆਊਟ ਹਲੇ ਕਰਨਾ ਹੈ ਬਾਕੀ ਅਜਮੰਗ ਹੈ ਕਿ ਪੰਜਾਬੀ ਬਹੁਤ ਜ਼ਿਆਦਾ ਮੰਗ ਹੈ ਜੀ ਮੈਂ ਤਾਂ ਸਮਝਦਾ ਬਹੁਤ ਜ਼ਿਆਦਾ ਮੰਗ ਹੈ ਅਗਰ ਮੇਰਾ ਸਾਥ ਦੇਣ ਪੰਜਾਬੀ ਫਿਲਮ ਦੇ ਸਾਰੇ ਮੈਂ ਪ੍ਰੋਡਿਊਸਰਸ ਨੂੰ ਸਾਰੇ ਐਕਟਰਸ ਨੂੰ ਸਾਰੇ ਆਰਟਿਸਟਸ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਮੇਰਾ ਸਾਥ ਦੇਣ ਮ ਦੇਸ ਨੂੰ ਮਿਨਿਸਟਰੀ ਤੇ ਵਿੱਚ ਹਰ ਲੈਵਲ ਤੇ ਹਰ ਪੱਖੋਂ ਸਪੋਰਟ ਕਰਨਾ ਚਾਹਾਂਗਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਔਰ ਅਸੀਂ ਆਪਣੀ ਵੱਖਰੀ ਗਾਈਡਲਾਈਨਸ ਬਣਾ ਕੇ ਉਹਦੇ ਨੋਰਮਸ ਦੇ ਉੱਤੇ ਕੰਮ ਕਰਨਾ ਚਾਹਾਂਗੇ ਮਨਦੀਪ ਜੀ ਅਗਰ ਗੱਲ ਕਰੀਏ ਅਵਾਰਡਸ ਦੀ ਵੈਸੇ ਤੇ ਤੁਹਾਨੂੰ ਸਭ ਤੋਂ ਵੱਡਾ ਅਵਾਰਡ ਜਿਹੜਾ ਹੁੰਦਾ ਉਹ ਸਰੋਤਿਆਂ ਦਾ ਉਹ ਆਡੀਅנס ਦਾ ਹੁੰਦਾ ਉਹ ਤੇ ਬਹੁਤ ਤੁਹਾਡੀ ਮੂਵੀਜ਼ ਨੂੰ ਮਿਲ ਰਿਹਾ ਹੋਵੇਗਾ ਲੇਕਿਨ ਤੁਹਾਨੂੰ ਪਰਟੀਕੁਲਰਲੀ ਤੁਹਾਡੀ ਫਿਲਮਜ਼ ਨੂੰ ਤੁਹਾਡੀ ਪ੍ਰੋਡਕਸ਼ਨਸ ਨੂੰ ਕੋਈ ਸਨਮਾਨ ਮਿਲਿਆ ਹੋਏ ਜੋ ਦਿਲ ਦੇ ਬਹੁਤ ਕਰੀਬ ਹੋਵੇ ਉਹਦੇ ਨਾਲ ਸਾਡੇ ਨਾਲ ਸੰਚਾਰ हां जी बिल्कुल ਤੁਸੀਂ ਠੀਕ ਹੈ ਜੀ ਸਭ ਤੋਂ ਵੱਡਾ ਪਿਆਰ ਔਰ ਜਿਹੜਾ ਮਾਨ ਸਨਮਾਨ ਹੈ ਉਹ ਤੇ ਸਾਡੀ ਆਡੀਅנס ਦਾ ਹੈ ਜਿੰਨੇ ਵੀ ਪੰਜਾਬੀ ਦਰਸ਼ਕ ਵਰਲਡਵਾਈਡ ਬੈਠੇ ਨੇ ਉਹਨਾਂ ਨੇ ਪੰਜਾਬੀ ਸਿਨੇਮਾ ਨੂੰ ਪੰਜਾਬੀ ਮੂਵੀਜ਼ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਦੂਸਰਾ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਫਿਲਮ ਜਿੰਨੀਆਂ ਵੀ ਆਈਆਂ ਚਾਹੇ ਸ਼ਰੀਕ ਹੈ ਚਾਹੇ ਮੁਖਤਿਆਰ ਚੱਡਾ ਹੈ ਚਾਹੇ ਔਰੀ ਪ੍ਰੋਡਕਸ਼ਨ ਦੀ ਹੋਰ ਵੀ ਜੜੀ ਵੀ ਫਿਲਮਸ ਆਈਆਂ ਨੇ ਜਾਂ ਅਸੀਂ ਗਲੋ ਫਿਲਮਸ ਦੇ ਨਾਲ ਜਿਹੜੀ ਫਿਲਮਸ ਡਿਸਟ੍ਰੀਬਿਊਟ ਕੀਤੀਆਂ ਨੇ ਉਹ ਸਾਰਿਆਂ ਨੂੰ ਹੀ ਵਾਕਵਾ ਕੈਟਾਗਰੀਜ਼ ਦੇ ਵਿੱਚ ਮਾਨ ਸਨਮਾਨ ਮਿਲਦਾ ਰਿਹਾ ਹੈ ਪੀਟੀਸੀ ਫਿਲਮਸ ਨੇ ਸਾਨੂੰ 2015 16 17 ਤਿੰਨ ਸਾਲ ਰੈਗੂਲਰ ਵਾਕਵਾ ਕੈਟਾਗਰੀਜ਼ ਦੇ ਵਿੱਚ ਮਾਨ ਸਨਮਾਨ ਦਿੱਤਾ ਹੈ ਰੇਡੀਓ ਮਿਰਚੀ ਅਵਾਰਡਸ ਹੋਏ ਨੇ ਉਹਨਾਂ ਨੇ ਸਾਡੇ 뮤ジਕਸ ਨੂੰ ਔਰ ਸਾਡੇ ਜਿਹੜੇ ਸੌਂਗਸ ਨੂੰ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਔਰ ਮੈਂ ਸਮਝਾਂਗਾ ਕਿ ਉਹ ਸਿਰਫ ਇੱਥੇ ਦਿੱਲੀ ਪੰਜਾਬ ਦੇ ਵਿੱਚ ਨਹੀਂ ਆਈ ਥਿੰਕ ਵਰਲਡਵਾਈਡ ਲੈਵਲ ਦੇ ਵਿੱਚ ਉਹਨਾਂ ਨੇ ਆਪਣੇ ਆਡੀਅנס ਕੋਲ ਉਹ ਫੀਡਬੈਕ ਲੈਂਦੇ ਕਿ ਸਾਡੇ ਸੌਂਗਸ ਜਿਹੜੇ ਹਨ ਉਹਨਾਂ ਨੂੰ ਬਹੁਤ ਪਸੰਦ ਕੀਤੇ ਤੇ ਜਿੰਨੇ ਵੀ ਆਰਟਿਸਟ ਨੇ ਉਹ ਸਾਡੇ ਨਾਲ ਰੈਗੂਲਰਲੀ ਇਸ ਤੀਤੇ ਨਾਲ ਕਨੈਕਟ ਰਹਿੰਦੇ ਨੇ ਕਿ ਸਾਡੀ ਫਿਲਮ ਜਿਹੜੀਆਂ ਨੇ ਉਹ ਇੱਕ ਪਰਿਵਾਰਕ ਫਿਲਮ ਨੇ ਔਰ ਪਰਿਵਾਰਕ ਫਿਲਮ ਦੇ ਹੋਰ ਨਾਲ ਆਡੀਅנס ਦਾ ਪਿਆਰ ਮਿਲਦਾ ਹੈ ਔਡੀਅੰਸ ਨੇ ਇਹਨਾਂ ਪਿਆਰ ਦਿੱਤਾ ਤਾਂ ਇਸ ਕਰਕੇ ਸਾਨੂੰ ਜਿਹੜੇ ਜਿੰਨੇ ਵੀ ਵੱਡੇ ਵੱਡੇ ਅਵਾਰਡ ਸ਼ੋਜ਼ ਨੇ ਉਹਨਾਂ ਵਿੱਚ ਸਾਨੂੰ ਵੱਖ-ਵੱਖ categories ਵਿੱਚ ਮਾਨ ਸਨਮਾਨ ਮਿਲਿਆ ਜਾਂਦਾ ਬਹੁਤ ਵੱਡੀ ਗੱਲ ਹੈ ਔਰ ਹੁਣੇ ਤੁਸੀਂ ਇੱਕ ਅਵਾਰਡ ਫੰਕਸ਼ਨ ਵੀ ਕੀਤਾ ਸੀ ਉਹ ਕਦ ਕੀਤਾ ਸੀ ਉਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ categories ਬਣਾਈਆਂ ਸੀ ਉਹਦੇ ਬਾਰੇ ਸਾਡੇ ਨਾਲ ਸਾਂਝਾ ਮੈਂ ਜੀ ਬੜਾ ਪ੍ਰਾਊਡ ਔਰ ਮਾਨ ਮਹਿਸੂਸ ਕਰ ਰਹੇ ਹਾਂ ਕਿ ਮੈਂ ਦੇਖਿਆ ਕਿ ਪੰਜਾਬੀ ਫਿਲਮਸ ਬਹੁਤ ਗਰੋ ਹੋ ਗਿਆ ਹੈ ਪੰਜਾਬੀ ਆਰਟਿਸਟ ਬਹੁਤ ਗਰੋ ਹੋ ਗਏ ਸਾਡੀ ਜਿਹੜੀ ਫਿਲਮਸ ਨੇ ਵਰਲਡ ਵਾਈਡ ਰਿਲੀਜ਼ ਹੋਣ ਲੱਗੀ ਬਟ ਜਿੱਥੇ ਅਵਾਰਡ ਜਾਂ ਮਾਨ ਸਨਮਾਨ ਦੀ ਗੱਲ ਸੀ ਉਹਦੇ ਵਿੱਚ ਸਾਡੇ ਕੋਲ ਪੀਟੀਸੀ ਅਵਾਰਡਸ ਇਹਨਾਂ ਇੱਕ ਦੋ ਹੋਰ ਰੇਡੀਓ ਅਵਾਰਡਸ ਯਾਹ ਇੱਕ ਦੋ ਛੋਟੇ ਛੋਟੇ ਅਵਾਰਡਸ ਰਹਿ ਗਏ ਸੀ ਕੋਈ ਉਸ ਤਰੀਕੇ ਦਾ ਵੱਡਾ ਅਵਾਰਡ ਨਾ ਫੰਕਸ਼ਨ ਹੋ ਰਿਹਾ ਸੀ ਨਾ ਕਿਸੇ ਨੂੰ ਨਵੇਂ ਜਿਹੜੇ ਸਾਡੇ ਬਹੁਤ ਕੈਲੀਬਰ ਜਿਹੜੇ ਸਾਡੇ ਆਰਟਿਸ ਆ ਰਹੇ ਸੀ ਉਹਨਾਂ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਸੋ ਇਸ ਕਰਕੇ ਮੇਰਾ ਇੱਕ ਗਰੁੱਪ ਹੈ ਪੈਸ਼ਨ ਵਿਸਟਾ ਜਿਹੜੀ ਕਿ ਇੰਟਰਨੈਸ਼ਨਲ ਲਗਲੀ ਲਾਈਫਸਟਾਈਲ ਮੈਗਜ਼ੀਨ ਹੈ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਕੀਤਾ ਹਾਲੀਵੁੱਡ ਦੇ ਵਿੱਚ ਤਾਂ ਕੀਤਾ ਮੈਂ ਉਹਨਾਂ ਨੂੰ ਫਸਟ ਟਾਈਮ ਇਹੋ ਨੇ ਜਨਵਰੀ ਦੇ ਵਿੱਚ ਅਸੀਂ 2019 ਦੇ 2020 ਦੇ ਵਿੱਚ ਰਿਲੀਜ਼ ਕੀਤਾ ਤੇ ਉਹ ਜਿਹੜਾ ਅਸੀਂ ਪੈਸ਼ਨ ਮਿਸਟਾ ਪੰਜਾਬੀ ਅਵਾਰਡ ਫਰਸਟ ਟਾਈਮ ਲੈ ਕੇ ਆਏ ਆ ਜਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਆਪਣੇ ਪੰਜਾਬੀ ਆਰਟਿਸਟ ਨੇ ਚਾਹੇ ਉਹ ਸੀਨੀਅਰ ਸਾਡੇ ਲੈਜੈਂਡਰੀ ਹੈਗੇ ਨੇ ਹੰਸਰਾਜ ਹੰਸ ਸਾਹਿਬ ਜਾਂ सुरेंद्र ਸਿੰਧਾ ਜੀ ਹੈਗੇ ਨੇ ਤੇ ਐਓ ਜੀ ਸ਼ਖਸੀਤਾਂ ਨੂੰ ਅਸੀਂ ਬੁਲਾ ਕੇ ਲਾਈਫਟਾਈਮ ਅਚੀਵਮੈਂਟ ਅਵਾਰਡਸ ਦੇ ਨਾਲ ਮਾਨਸਨਮਾਨ ਦਿੱਤਾ ਔਰ ਨਵੇਂ ਐਓ ਜੀ ਅਸੀਂ ਆਰਟਿਸਟ ਸਿੰਗਰਸ ਪ੍ਰਮੋਟ ਕੀਤੇ ਜਿਨ੍ਹਾਂ ਦਾ ਇਹਨਾਂ ਕਮਾਲ ਦਾ ਗਾਣੇ ਆਏ ਹੋਏ ਨੇ ਅੱਜ ਉਹਨਾਂ ਨੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਨੂੰ ਇਹਨਾਂ ਨੇਮ ਫੇਮ ਕੀਤਾ ਹੋਇਆ ਲੇਕਿਨ ਉਹਨਾਂ ਨੂੰ ਕਦੇ ਇੱਕ ਰੈਕਗਨਾਈਜ਼ੇਸ਼ਨ ਨਹੀਂ ਮਿਲੀ ਸੋ ਅਸੀਂ ਉਹ ਪਹਿਚਾਨ ਜਿਹੜੀ ਉਹਨਾਂ ਦੀ ਕ੍ਰੀਏਟ ਕਰਕੇ ਇਹ ਵੱਖਰਾ ਪੈਸ਼ਨ ਵਿਸਟਾ ਪੰਜਾਬੀ ਜਿਹੜੇ ਅਵਾਰਡਸ ਕ੍ਰੀਏਟ ਕਰਤੇ ਔਰ ਸਾਰਿਆਂ ਨੂੰ ਉੱਥੇ ਸਰੋਤਿਆਂ ਨੂੰ ਉੱਥੇ ਬੁਲਾ ਕੇ ਬਹੁਤ ਇੱਜ਼ਤ ਮਾਨ ਔਰ ਪਿਆਰ ਬਖਸ਼ਿਆ ਬਹੁਤ ਵਧੀਆ ਬਹੁਤ ਸ਼ਲਾਘਾਯੋਗ ਹੈ ਤੈਨਾਂ ਮਨਦੀਪ ਸਿੰਘ ਜੀ ਦਾ ਜੋ ਇਸ ਤਰੀਕੇ ਨਾਲ ਅਵਾਰਡਸ ਜਿਹੜੇ ਆ ਇੱਕ ਹੌਸਲਾ ਅਫਜ਼ਾਈ ਦਿੰਦੇ ਆ ਫਨਕਾਰ ਨੂੰ ਕਿ ਅੱਗੇ ਵੱਧ ਕੇ ਹੋਰ ਕੰਮ ਕਰ ਸਕੇ 2020 ਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਸੇ ਤਰੀਕੇ ਨਾਲ ਇਹ ਹੋਰ ਕੰਮ ਕਰਦੇ ਰਹਿਣ ਮਨਦੀਪ ਜੀ ਜੇਕਰ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੀ ਤੁਹਾਡੇ ਪ੍ਰੋਡਕਸ਼ਨਸ ਦੇ ਫਿਊਚਰ ਪਲਾਨਸ ਦੀ ਤੇ ਕਿਹੜੀ ਕਿਹੜੀ ਮੂਵੀਜ਼ ਪਾਈਪਲਾਈਨ ਵਿੱਚ ਹੈਗਿਆ ਨੇ ਆਉਣ ਵਾਲੇ ਆ ਮੈਂ ਸਾਡੀ ਕਰੈਂਟਲੀ ਮੈਮ ਦੋ ਫਿਲਮ ਜਿਹੜੀਆਂ ਹੈ ਸਾਡੀ ਆਲਰੇਡੀ ਸ਼ੂਟ ਤੇ ਚੱਲ ਰਹੀਆਂ ਇੱਕ ਫਿਲਮ ਆ ਰਹੀ ਹੈ ਮਰ ਜਾਣੇ ਜਿਹਦੇ ਵਿੱਚ ਸਾਡੇ ਲੀਡ ਸਟਾਰ ਕਾਸਟ ਹੈਗੇ ਸਿੱਪੀ ਗਿੱਲ ਔਰ ਐਕਟਰਸ ਹੈਗੀ ਪ੍ਰੀਤ ਪ੍ਰੀਤ ਕਮਲ ਸੋ ਇਹਨਾਂ ਨਾਲ ਇੱਕ ਫਿਲਮ ਅਸੀਂ ਆਲਰੇਡੀ ਸ਼ੂਟਿੰਗ ਤੇ ਚੱਲ ਰਹੀ ਹੈ ਤੇ ਮੋਸਟ ਲਾਈਕਲੀ ਹੈ 10 ਜੂਨ ਨੂੰ ਰਿਲੀਜ਼ ਹੋਏਗੀ ਸੈਕੰਡ ਸਾਈਡ ਦੀ ਜਿਹੜੀ ਫਿਲਮ ਹੈ ਸਾਡੀ 2015 ਦੀ ਸੁਪਰ ਬਲੌਕਬਸਟਰ ਫਿਲਮ ਸੀ ਸ਼ਰੀਕ ਉਹਦਾ ਪਾਰਟ 2 ਜਿਹੜਾ ਹੈ ਅਸੀਂ ਸ਼ੁਰੂ ਕਰ ਦਿੱਤਾ ਹੈ ਸ਼ਰੀਕ 2 ਜਿਹਦੇ ਵਿੱਚ ਅਸੀਂ ਮੇਨ ਲੀਡ ਦੇ ਵਿੱਚ ਜਿਮੀ ਸ਼ੇਰਗਿੱਲ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਾਲੀਵੁੱਡ ਔਰ ਪਾਲੀਵੁੱਡ ਤੇ ਬਹੁਤ ਵੱਡਾ ਚਿਹਰਾ ਨੇ ਔਰ ਉਸ ਦੇ ਨਾਲ ਇੱਕ ਸਾਡੀ ਪੰਜਾਬੀ ਇੰਡਸਟਰੀਜ਼ ਬੜਾ ਯੂਨੀਕ ਔਰ ਬੜਾ ਡਿਫਰੈਂਟ ਚਿਹਰਾ ਦਿਖਾ ਰਹੀ ਜਿਨ੍ਹਾਂ ਦੀ ਲਾਸਟ ਚਾਰ ਪੰਜ ਫਿਲਮਾਂ ਸੁਪਰ ਹਿੱਟ ਨੇ ਉਹਨਾਂ ਦਾ 10 ਕਰੋੜ ਸੋ ਦੋਨੋਂ ਇਹ ਆਰਟਿਸ ਅਸੀਂ ਮੇਨ ਲੀਡ ਦੇ ਵਿੱਚ ਲੈ ਕੇ ਆਪਣੀ ਸ਼ਰੀਕ ਤੋਂ ਤਾਂ ਇਸ ਸਾਲ ਦੀ ਸਾਡੀ ਦੋ ਵੱਡੀਆਂ ਫਿਲਮ ਸਾਡੀ ਆਲਰੇਡੀ ਸ਼ੂਟ ਤੇ ਚੱਲ ਰਹੀਆਂ ਸੋ ਇਹਨਾਂ ਦੋਨਾਂ ਨੂੰ ਅਸੀਂ ਜੂਨ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ ਬਿਲਕੁਲ ਅੱਜ ਲੋੜ ਹੈ ਪੰਜਾਬੀ ਸਿਨੇਮਾ ਨੂੰ ਔਰ ਖਾਸ ਤੌਰ ਤੇ ਜੇ ਸਿੱਖ ਧਰਮ ਦੀ ਗੱਲ ਆ ਜਾਏ ਤੇ ਸਿੱਖ ਕੌਮ ਨੂੰ ਕਿ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਅੱਗੇ ਵੱਧ ਕੇ ਅਸੀਂ ਅੱਜ ਜਿਹੜੇ ਇੱਕ ਸੁਰੱਖਿਆ ਘੇਰਾ ਉਹ ਅਸੀਂ ਬਣਾ ਸਕੀਏ ਗੱਲ ਕਰੀਏ ਮੰਦੀਪ ਜੀ ਤੁਹਾਡੀ ਤੁਸੀਂ ਬਹੁਤ ਵੱਡੇ ਵੱਡੇ ਨਾਮਾਂ 'ਚ ਜਾਂਦੇ ਹੋ ਲੇਕਿਨ ਯੂ ਆਰ ਟਰਬਨੇਟਰ ਇੱਕ ਵੱਖਰਾ ਮਾਣ ਮਹਿਸੂਸ ਹੁੰਦਾ ਹੈ ਸਾਬਤ ਸੂਰਤ ਹੈਗੇ ਹੋ ਔਰ ਇੱਕ ਕਾਮ ਨੂੰ ਵੀ ਮਾਣ ਮਹਿਸੂਸ ਹੁੰਦਾ ਕਿੱਦਾਂ ਦੀ ਫੀਲਿੰਗਸ ਆਉਂਦੀ ਹੈ ਜਦੋਂ ਇੱਕ ਵੱਖਰੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਉੱਥੇ ਪੇਸ਼ ਕਰਦੇ ਹੋ ਸਭ ਦੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸਾਈਬ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਔਰ ਸਾਰੇ ਆਪਣੇ ਦਰਸ਼ਕਾਂ ਦਾ ਸਰੋਤਿਆਂ ਦਾ ਤੇ ਕਿਉਂਕਿ ਇਹ ਦਾਤ ਜਿਹੜੀ ਹੈ ਗੁਰੂ ਸਾਹਿਬਾਂ ਦੀ ਦਿੱਤੀ ਹੋਈ ਹੈ ਤੇ ਜਦ ਸਵੇਰੇ ਉੱਠ ਕੇ ਤਿਆਰ ਹੁੰਨੇ ਆ ਪੱਕ ਬੰਨੇ ਆ ਤੇ ਸਭ ਤੋਂ ਪਹਿਲਾਂ ਤੇ ਪ੍ਰਾਊਡ ਸਾਨੂੰ ਇਹ ਜਿਹੜਾ ਦਾਤ ਬਖਸ਼ੀ ਹੋਈ ਹੈ ਦਸਤਾਰ ਦੀ ਤੇ ਇਹ ਗੁਰੂ ਮਹਾਰਾਜ ਦੀ ਦੇਣ ਹੈ ਬਹੁਤ ਵੱਡੀ ਤੇ ਜਦ ਆਪਾਂ ਆ ਕੇ ਕਰੋ ਨਿਕਲਦੇ ਆ ਜਾਂ ਕਿਹੜੇ ਵੀ ਆਪਣੇ ਕੰਮਾਂ ਨੂੰ ਨਿਕਲਦੇ ਆ ਤੇ ਸਾਨੂੰ ਕਿੱਥੇ ਵੀ ਰਿਪਰੈਜੈਂਟੇਟਿਵ ਚਾਹੇ ਸਾਡਾ ਨਾਮ ਜਾਣਦੇ ਨੇ ਨਹੀਂ ਜਾਣਦੇ ਲੇਕਿਨ ਉਹ ਸਰਦਾਰ ਜੀ ਕਹਿ ਕੇ ਮਾਨ ਜਿਹੜਾ ਬਖਸ਼ਦੇ ਨੇ ਤੇ ਇਹ ਆਟੋਮੈਟਿਕ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਜਿੱਥੇ ਜਾਈਏ ਤੇ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਰਵਾਂਗੇ ਤੇ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ਾਂ ਨੇ ਸਾਡੇ ਨਾਲ ਚੱਲਦੀ ਆ ਰਹਿਣਗੀਆਂ ਬਹੁਤ ਵਧੀਆ ਗੱਲ ਹੈ ਵੀ ਜੀ ਮੇਰਾ ਆਖਰੀ ਸਵਾਲ ਇਹ ਰਹੇਗਾ ਕਿ ਜੋ ਨੌਜਵਾਨ ਪੀੜੀ ਪੰਜਾਬੀ ਸਿਨੇਮਾ ਚ ਦਸਤਕ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਅੱਜ ਕਾਫੀ ਸਿੱਖ ਵੀਰ ਹੈਗੇ ਨੇ ਜੋ ਪੱਤੀ ਧੋਕੇ ਸਿਨੇਮਾ ਵੱਲ ਦਾ ਰੁਖ ਕਰਦੇ ਨੇ ਲੇਕਿਨ ਜਿਆਦਾ ਤਰੱਕੀ ਉਹਨਾਂ ਨੂੰ ਨਹੀਂ ਮਿਲ ਪਾਂਦੀ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂ ਆਪਣੇ ਸਿਰ ਦਾ ਤਾਜ ਵੀ ਰੱਖ ਕੇ ਅਸੀਂ ਅੱਗੇ ਵਧ ਸਕਨੇ ਉਹਨਾਂ ਨੂੰ ਇੱਕ ਕੀ ਸੁਨੇਹਾ ਦੇਣਾ ਚਾਹੋਗੇ ਮੇਰਾ ਜੀ ਸਭ ਤੋਂ ਪਹਿਲੇ ਤੇ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੇ ਜਿਹੜੇ ਕਿ ਸਿੰਗਿੰਗ profession ਦੇ ਵਿੱਚ ਨੇ ਜਾਂ artistic line ਦੇ ਵਿੱਚ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣੀ ਜਿਹੜੀ ਸਬਤ ਸੂਰਤ ਸਿੱਖੀ ਹੈ ਉਹਨੂੰ ਪਹਿਲੇ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਆਪਣੀ ਆਇਡੈਂਟੀਟੀ ਬਰਕਰਾਰ ਜਦ ਤੱਕ ਨਹੀਂ ਰੱਖੋਗੇ ਆਈ ਡੋਨਟ ਥਿੰਕ ਕਿ ਤੁਸੀਂ ਕਦੀ ਵੀ ਇੱਕ ਰਿਲੇਆਇਬਲ ਪਰਸਨ ਔਰ ਇੱਕ ਇਸ ਤਰੀਕੇ ਦਾ ਚਿਹਰਾ ਤੁਸੀਂ ਮਾਰਕੀਟ ਦੇ ਵਿੱਚ ਕਿਲਾਓਗੇ ਕਿਉਂਕਿ ਜਿੰਨੇ ਵੀ ਅਸੀਂ ਦੇਖ ਰਹੇ ਆ ਸੀਰੀਕੇ ਦੇ ਸਿੰਗਰ ਸਾਰੇ ਨੇ ਲੇਕਿਨ ਮੈਨੂੰ ਸਮਝਣਾ ਕਿ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਗੁਰਸਿੱਖ ਵੀਰ ਹੈਗੇ ਨੇ ਚਾਹੇ ਮੈਂ ਗੱਲ ਕਰਾਂ ਰਵੀ ਸ਼ੇਰ ਗਿਲਦੀ ਚਾਹੇ ਮੈਂ ਗੱਲ ਕਰਾਂ ਵੀਰ ਸਿੰਘ ਦੀ ਚਾਹੇ ਮੈਂ ਗੱਲ ਕਰਾਂ ਵਿੱਕੀ ਉਹਜਾ ਦੀ ਤੇ ਇਸ ਤਰੀਕੇ ਦੇ ਸਾਡੇ ਕੋਲ ਸਾਬਤ ਸੂਰਤ ਇੱਕ ਮਿਸਾਲ ਹੈਗੇ ਨੇ ਜਿਨ੍ਹਾਂ ਦੇ ਇੰਡਸਟਰੀ ਚ ਆ ਕੇ ਆਪਣੇ profession ਦੇ ਨਾਲ ਬਹੁਤ ਅੱਛਾ ਔਰ ਵੱਡਾ ਨਾਮ ਕਮਾਇਆ ਹੈ ਔਰ ਇੱਕ ਸਾਬਤ ਸੂਰਤ ਉਹਨਾਂ ਨੇ ਆਈਡੈਂਟੀਟੀ ਇੱਕ ਏਰੀਏ ਤੱਕ ਨਹੀਂ ਇੱਕ ਇਲਾਕੇ ਤੱਕ ਨਹੀਂ ਆਈ ਥਿੰਕ ਵਰਲਡ ਵਾਈਡ ਅੱਛਾ ਨੇਮ ਫੇਮ ਉਹਨਾਂ ਨੇ ਕੀਤਾ ਤੇ ਮੈਂ ਆਨ ਬਲੀ ਜਿੰਨੀ ਵੀ ਯੰਗ ਜਨਰੇਸ਼ਨ ਹੈ ਜਾਂ ਨੌਜਵਾਨ ਆਪਣੇ ਮੁੰਡੇ ਜਾਂ ਕੁੜੀਆਂ ਵੀ ਨੇ ਉਹਨਾਂ ਨੂੰ ਮੈਂ ਕਾਵਾਂਗਾ ਕਿ ਤੁਸੀਂ ਆਪਣੀ ਆਈਡੈਂਟੀਟੀ ਔਰ ਆਪਣਾ ਜਿਹੜਾ ਸਿੱਖੀਜ਼ਮ ਆਪਣਾ ਜਿਹੜਾ ਰੋਲ ਹੋ ਤੁਸੀਂ ਆਪਣੇ ਰੋਲ ਮਾਡਲ ਬਰਕਰਾਰ ਰੱਖੋ ਔਰ ਆਪਣੀ ਆਇਡੈਂਟੀਟੀ ਦੇ ਨਾਲ ਹੀ ਤੁਸੀਂ ਅੱਗੇ ਮੂਵ ਆਨ ਹੋ ਸਕਦੇ ਹੋ ਬਿਲਕੁਲ 에ਸਨ ਸਰਦਾਰ ਮਨਦੀਪ ਸਿੰਘ ਛਟਵਾਲ ਜੋ ਗੁਰੂ ਮਹਾਰਾਜ ਅਸੀਂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਵੀਰ ਅੱਗੇ ਵੱਧ ਚੜ ਕੇ ਹੋਰ ਤਰੱਕੀਆਂ ਔਰ ਚੜਦੀ ਕਲਾ ਗੁਰੂ ਮਹਾਰਾਜਾ ਜਨਾਂ ਨੂੰ ਤੇ ਔਰ ਸਿਰਫ ਆਪਣੇ ਪੰਜਾਬੀ ਸਿਨੇਮਾ ਚ ਨਹੀਂ ਬਾਲੀਵੁੱਡ ਹਾਲੀਵੁੱਡ ਤੱਕ ਇਹਨਾਂ ਦੀ ਪਹੁੰਚ ਹੈ ਫਤੇ ਟੀਵੀ ਚ ਅੱਜ ਲਈ ਬਸ ਇੰਨਾ ਹੀ ਅਗਲੇ ਹਫਤੇ ਫਿਰ ਹੋਏਗੀ ਇੱਕ ਨਵੇਂ ਸਿੱਖ ਸ਼ਖਸੀਅਤ ਨਾਲ ਤੁਹਾਡੀ ਰੂਬਰੂ ਕਰਾਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ